ਨੇ ਖੰਡੇ ਬੱਟੇ ਦਾ ਦਰਸ਼ਕਣਾ ਹੈ ਉਹ ਤਿਆਰੀ ਕਰਕੇ ਦਰਬਾਰ ਸਾਹਿਬ ਚ ਪਹੁੰਚ ਜਾਓ ਪੰਜ ਪਿਆਰੇ ਅੰਮ੍ਰਿਤ ਛਕਾਉਣ ਵਾਸਤੇ ਦਰਬਾਰ ਸਾਹਿਬ ਪਹੁੰਚਣ ਵਾਲੇ ਹਨ ਜਿਹਨਾਂ ਸੰਗਤਾਂ ਨੇ ਖੰਡੇ ਬੱਟੇ ਦੀ ਪਹੁਲ ਅੰਮ੍ਰਿਤ ਛਕਣਾ ਹੈ ਉਹ ਤਿਆਰੀ ਕਰਕੇ ਸ੍ਰੀ ਦਰਬਾਰ ਸਾਹਿਬ ਪਹੁੰਚ ਜਾਓ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਦਾ ਰੰਗ ਤਮਾਸਾ ਪੂਰਨ ਵਾਸਾ ਕਬੂਨਾ ਵਿਆਪੈ ਚਿੰਤਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਆਪਣੇ ਜਨ ਨੂੰ ਸਦਲਾ ਕਰੋ ਫਿਰ ਬੇਨਤੀ ਹੈ ਜਿਹਨਾਂ ਸੰਗਤਾਂ ਨੇ ਅੰਮ੍ਰਿਤ ਪਾਨ ਕਰਨਾ ਹੈ ਉਹ ਤਿਆਰ ਪਰ ਤਿਆਰ ਹੋ ਕੇ ਦਰਬਾਰ ਸਾਹਿਬ ਪਹੁੰਚ ਜਾਓ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਆਪਣੇ ਜਨ ਨੂੰ ਸਦਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you.
ਨਾਰਾਇਣ ਦਰ ਪੰਥ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ ਲਾਖ 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 ਕਈ ਕੋਰੈ ਕੋ ਹੈ ਸੋ ਵਿਚਾਰੈ ਵਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਕ ਗੁੰਗਾ ਮੁਸਕਾਰੈ ਬਲ ਬਲ ਜਾਵਾਨੀ ਮੈਂ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸੱਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਦੁਨਿਆਵੀ ਕੰਮਾਂ ਨੂੰ ਪਿੱਛਾ ਛੱਡ ਕੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਲੈ ਕੇ ਗੁਰਦੁਆਰਾ ਛਾਉਣਾ ਸਾਹਿਬ ਜੋ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਥਾਨ ਬਣਿਆ ਹੋਇਆ ਜਿਨ੍ਹਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸੁੱਖਾ ਸਿੰਘ ਜੀ ਜੋ ਸੰਗਤਾਂ ਵਿੱਚ ਪਹੁੰਚੇ ਹੋਏ ਨੇ ਸੰਗਤਾਂ ਦੇ ਪ੍ਰੇਮ ਸਦਕਾ ਇਸ ਸਥਾਨ ਦੀ ਵੀ ਸੇਵਾ ਕਰਵਾਉਂਦੇ ਹੋਰ ਵੀ ਸਥਾਨਾਂ ਦੀ ਸੇਵਾ ਮਹਾਂਪੁਰਸ਼ਾਂ ਕੋਲ ਹੈ ਗੁਰਦੁਆਰਾ ਛਾਉਣਾ ਸਾਹਿਬ ਜਲਮਾਣਾ ਨਗਰ ਦੀ ਸੰਗਤ ਹਰ ਸਾਲ ਦੀ ਤਰ੍ਹਾਂ ਦੀਵਾਨ ਸੱਜਦੇ ਆਉਂਦੇ ਐਤਕੀ ਵੀ ਪੰਜ ਦੀਵਾਨ ਰੱਖੇ ਸਨ ਅੱਜ ਸਤਿਗੁਰਾਂ ਦੀ ਮਿਹਰ ਸਦਕਾ ਪੰਜਵਾਂ ਦੀਵਾਨ ਪ੍ਰਾਰੰਭ ਹੈ ਭਾਵ ਕਿ ਅੱਜ ਇਸ ਪੜਾਅ ਦਾ ਅਖੀਰਲਾ ਦੀਵਾਨ ਹੈ ਪੰਜ ਦਿਨਾਂ ਤੋਂ ਗੁਰੂ ਕੇ ਲੰਗਰ ਚੱਲ ਰਹੇ ਨੇ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਸੰਗਤਾਂ ਤਨ ਮਨ ਧਨ ਕਰਕੇ ਸੇਵਾ ਕਰ ਰਹੀਆਂ
ਸ਼ਰਧਾ ਤੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ ਗੁਰੂ ਕਿਰਪਾ ਕਰੇ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਸਿੱਖੀ ਦੀ ਦਾਤ ਸੇਵਾ ਸਿਮਰ ਦੀ ਦਾਤ ਬਖਸ਼ਣ ਮਹਾਰਾਜ ਨਾਭੇ ਦੇ ਕੋਲ ਪੜੋ ਲੰਗਰ ਹੈ ਕੱਲ ਉੱਥੇ ਦੀਵਾਨ ਸ਼ੁਰੂ ਹੋ ਗਏ ਇਸ ਕਰਕੇ ਇੱਥੇ ਕੱਲ ਬਾਬਾ ਹਰਦੇਵ ਸਿੰਘ ਜੀ ਨੇ ਹਾਜ਼ਰੀ ਭਰੀ ਸੀ ਬਾਕੀ ਜੋ ਸਮਾਂ ਰਹਿੰਦਾ ਹੈ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਉਹਨਾਂ ਸ਼ਹੀਦਾਂ ਦੀ ਯਾਦ ਮਾਤਾ ਗੁਜਰ ਕੌਰ ਜੀ ਚਾਰੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਦੀਵਾਨ ਸਮਰਪਿਤ ਹਰ ਸਾਲ ਰੱਖੇ ਜਾਂਦੇ ਹੈ ਆਪਾਂ ਉਹਨਾਂ ਸ਼ਹੀਦਾਂ ਦੀ ਦਾਸਤਾਨ ਇਤਿਹਾਸ ਜੀਵਨ ਸਿੱਖੇ ਮਾਤਰ ਵਿਚਾਰ ਕਰਨਾ ਹੈ ਸਤਸੰਗ ਜੀ ਅਨੰਦਪੁਰ ਸਾਹਿਬ ਨੂੰ ਕਈ ਮਹੀਨਿਆਂ ਤੋਂ ਘੇਰਾ ਪਿਆ ਹੋਇਆ ਕਿਸੇ ਨੇ 7 ਮਹੀਨੇ ਲਿਖਿਆ ਕਿਸੇ ਨੇ 8 ਮਹੀਨੇ ਨੀਤੀ ਦਾ ਜੰਗ ਕਰਕੇ ਦੁਸ਼ਮਣ ਦੀਆਂ ਫੌਜਾਂ ਨੇ ਬਾਹਰ ਜਾਣ ਦੀ ਲਾ ਲਈ ਸ਼ਸਤਰ ਦਾ ਜੰਗ ਕਰਕੇ ਉਹਨਾਂ ਨੇ ਹਰ ਕੀ ਜ਼ਿਲ੍ਹਾ ਵਰਤ ਲਿਆ ਹੁਣ ਉਹਨਾਂ ਨੇ ਨੀਤੀ ਦਾ ਜੰਗ ਕਰਨਾ ਬਿਹਤਰ ਸਮਝਿਆ ਚਾਰ ਅੰਗ ਰਾਜਨੀਤੀ ਦੇ ਹੁੰਦੇ ਨੇ ਸਾਮ ਦਾਮ ਦੰਡ ਭੇਦ ਸਾਮ ਪ੍ਰਚਾਰ ਕਰਨਾ ਦਾਮ ਲਾਲਚ ਦੇ ਕੇ ਖਰੀਦ ਲੈਣਾ ਦੰਡ ਸਖਤੀ ਵਰਤਣੀ ਸਜ਼ਾ ਦੇਣੀ ਭੇਦ ਫੁੱਟ ਪਾ ਦੇਣੀ ਧੜੇ ਬਣਾ ਦੇਣੇ ਫਿਰਕੇ ਬਣਾ ਦੇਣੇ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਕੋਈ ਵਸਤੂ ਅੰਦਰ ਨਹੀਂ ਜਾਣ ਦਿੱਤੀ ਜਾਂਦੀ ਜਿਉਂ ਜਿਉਂ ਜੰਗਲ ਮੇਰਾ ਹੁੰਦਾ ਗਿਆ ਜਿਹੜੀ ਰਸਤ ਸੀ ਕਿਲਿਆਂ 'ਚ ਫਤਿਹ ਹੋ ਗਈ ਲੰਗਰ ਮਸਤਾਨੇ ਹੋ ਗਏ ਇਹ ਨਹੀਂ ਕਹਿਣਾ ਚਾਹੀਦਾ ਲੰਗਰ ਮੁੱਕ ਗਿਆ ਕਿਉਂਕਿ ਖਾਲਸੇ ਦੀ ਹਰ ਗੱਲ ਜਿਹੜੀ ਚੜ੍ਹਦੀ ਕਲਾ ਵਾਲੀ ਹੈ ਜਿਹੜਾ ਅੱਜ ਮੁੱਕ ਗਿਆ ਕੱਲ੍ਹ ਨੂੰ ਨਹੀਂ ਮਿਲੇਗਾ ਪਰ ਲੰਗਰ ਮਸਤਾਨਾ ਤਾਂ ਕਦੇ ਕਦੇ ਹੋ ਜਾਂਦਾ ਹੈ ਸਵੇਰ ਨੂੰ ਦੇਗੇ ਫਿਰ ਚੜ੍ਹੇ ਹੁੰਦੇ ਆ ਮੁੱਕ ਗਿਆ ਕਿੱਥੇ ਫਿਰ ਲੰਗਰ ਮਸਤਾਨੇ ਹੋ ਗਏ ਭੁੱਖਾ ਭਾਣਾ ਗੁਰੂ ਕਾ ਖਾਲਸਾ ਜੰਗ ਕਰ ਰਿਹਾ ਇੱਕ ਦੁਸ਼ਮਣ ਨਾਲ ਜੰਗ ਹੋ ਰਿਹਾ ਭੁੱਖ ਨਾਲ ਜੰਗ ਹੋ ਰਿਹਾ ਕਿਉਂਕਿ ਭੁੱਖ ਵੀ ਵੱਡਾ ਦੁੱਖ ਹੈ ਅਰਦਾਸ ਵੈਦ ਨੂੰ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਕਰਦੇ ਨੇ ਅਰਦਾਸ ਵੈਦ ਕਹਿੰਦਾ ਮੈਨੂੰ ਤਾਂ ਕੋਈ ਰੋਗ ਨਹੀਂ ਹੈ ਮਹਾਰਾਜ ਕਹਿੰਦੇ ਤੂੰ ਸਰੀਰ ਕਰਕੇ ਤੰਦਰੁਸਤ ਹੈ ਤੂੰ ਦਵਾਈਆਂ ਬੂਟੀਆਂ ਜਾਣਦਾ ਹੈ ਪਰ ਮਨ ਵੱਲ ਧਿਆਨ ਮਾਰ ਕਿੰਨੇ ਕੁ ਰੋਗ ਤੇਰੇ ਮਨ ਨੂੰ ਚੰਬੜੇ ਨੇ ਮਹਾਰਾਜ ਕਹਿੰਦੇ ਤਿੰਨ ਤਾਂ ਤੈਨੂੰ ਤਾਪ ਚੜ੍ਹੇ ਹੋਏ ਨੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ
ਸੋ ਕਰਾਸ ਤੈਨੂੰ ਤਿੰਨ ਤਾਪ ਚੜੇ ਨੇ ਆਦ ਵਿਆਦ ਉਪਾਦ ਹਰ ਪ੍ਰਾਣੀ ਨੂੰ ਇਹ ਤਿੰਨ ਤਾਪ ਚੜੇ ਹੋਏ ਨੇ ਆਦ ਸਰੀਰ ਦੀਆਂ ਬਿਮਾਰੀਆਂ ਨੇ ਵਿਆਦ ਮਨ ਦੀਆਂ ਬਿਮਾਰੀਆਂ ਉਪਾਦ ਕਲੇਸ਼ ਲੜਾਈਆਂ ਝਗੜੇ ਇਹ ਤਿੰਨ ਤਾਪ ਕੋਈ ਨਹੀਂ ਬਚਿਆ ਇਹਨਾਂ ਤੋਂ ਪਹਿਲਾਂ ਤਾਂ ਸਰੀਰ ਕਰਕੇ ਰੋਗੀ ਨੇ ਸਾਰੇ ਜਿਹਨੂੰ ਪੁੱਛੋ ਕੋਈ ਨਾ ਕੋਈ ਦਵਾਈ ਖਾ ਰਿਹਾ ਆਦਿ ਫਿਰ ਵਿਆਦ ਮਨ ਦੀਆਂ ਬਿਮਾਰੀਆਂ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗੇ ਸੱਚ ਬਿਨਾ ਸਾਰੀ ਦੁਨੀਆ ਹੀ ਰੋਗੀ ਹੈ ਉਪਾਦ ਕਲੇਸ਼ ਲੜਾਈਆਂ ਝਗੜੇ ਘਰ ਘਰ ਵਿੱਚ ਇੱਥੇ ਆਪਾਂ ਸੇਵਾ ਕਰਨੀ ਹੈ ਇੱਥੇ ਵੀ ਕਲੇਸ਼ ਕਰੀਏ ਤੇ ਇੱਥੇ ਵੀ ਲੜ ਪੈਂਦੇ ਇੱਥੇ ਤਾਂ ਲੁੱਟ ਪਈ ਹੈ ਸੇਵਾ ਕਰਨੀ ਜਿੰਨੀ ਕਰੇਗਾ ਉਹਨੂੰ ਮਿਲ ਜਾਏਗੀ ਤੇ ਇੱਥੇ ਕਲੇਸ਼ ਕਿਉਂ ਸਭ ਥਾਂ ਤੇ ਹੈ ਘਰਾਂ ਵਿੱਚ ਵੀ ਹੈ ਪਿਓ ਦਾ ਪੁੱਤਰ ਨਾਲ ਕਲੇਸ਼ ਨੂੰਹ ਦਾ ਸੱਸ ਨਾਲ ਕਲੇਸ਼ ਗੁਆਂਢੀ ਦਾ ਗੁਆਂਢੀ ਨਾਲ ਕਲੇਸ਼ ਕੌਮਾਂ ਦਾ ਕੌਮਾਂ ਨਾਲ ਕਲੇਸ਼ ਦੇਸ਼ਾਂ ਦਾ ਦੇਸ਼ਾਂ ਨਾਲ ਕਲੇਸ਼ ਥਾਂ ਥਾਂ ਤੇ ਕਲੇਸ਼ ਇਹਨਾਂ ਤਿੰਨ ਤਾਪਾਂ ਤੋਂ ਕੋਈ ਨਹੀਂ ਬਚਿਆ ਮਹਾਰਾਜ ਕਹਿੰਦੇ ਫਿਰ ਤੂੰ ਕਹਿੰਦਾ ਮੈਨੂੰ ਕੋਈ ਦੁੱਖ ਨਹੀਂ ਹੈ ਇਹੋ ਜਿਹੇ ਦੁੱਖ ਨੇ ਜਿਹਦਾ ਕੋਈ ਵੈਦ ਡਾਕਟਰ ਇਲਾਜ ਹੀ ਨਹੀਂ ਕਰ ਸਕਦਾ ਦੁੱਖ ਵਿਛੋੜਾ ਵਿਛੋੜਾ ਕਿਸੇ ਸੰਬੰਧੀ ਦਾ ਹੋ ਜਾਏ ਕਿੰਨਾ ਦੁੱਖ ਹੁੰਦਾ ਵਿਛੋੜਾ ਕਿਸੇ ਪਦਾਰਥ ਦਾ ਹੋ ਜਾਏ ਧਨ ਦਾ ਹੋ ਜਾਏ ਦੁਖਦਾਈ ਹੁੰਦਾ ਹੈ ਇਹ ਸਤਿਗੁਰੂ ਬਾਰੇ ਕਹਿੰਦੇ ਹੋਣਾ ਜ਼ਰੂਰ ਹੈ ਜਾਂ ਤਾਂ ਤੂੰ ਦੁਨੀਆਂ ਨੂੰ ਛੱਡ ਦੇਗਾ ਜਾਂ ਦੁਨੀਆਂ ਤੈਨੂੰ ਛੱਡ ਦੇਗਾ ਸੰਯੋਗ ਵਿਯੋਗ ਧੁਰੋਂ ਹੀ ਹੁਆ ਸੰਯੋਗ ਮਿਲਣਾ ਤੇ ਵਿਯੋਗ ਵਿਛੜਨਾ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਹਾਂ ਸਭ ਨੇ ਕਦੇ ਵਿਛੜਨਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਭੁੱਖ ਦਾ ਵੀ ਬੜਾ ਵੱਡਾ ਦੁੱਖ ਹੈ ਭਗਤ ਫਰੀਦ ਤਾਂ ਕਹਿੰਦਾ ਮੌਤ ਨਾਲ ਵੀ ਭੈੜੀ ਹੈ ਮੌਤ ਇੱਕ ਵਾਰੀ ਹੁੰਦੀ ਜਦੋਂ ਕੰਮ ਮੁਕਾ ਕਰਦੇ ਉੱਦਣ ਹੀ ਜਾਂ ਦੂਜੇ ਦਿਨ ਆਪਣੀ ਸਮਾਪਤੀ ਕਰਕੇ ਫਿਰ ਕਹਿਣ ਲੱਗ ਪੈਂਦੇ ਨੇ ਆਇਆ ਗਿਆ ਮੋਇਆ ਨਾ ਹੁੰਦਾ ਸੀ ਚੰਗਾ ਸੀ ਹੁਣ ਨਹੀਂ ਹੈ ਹੈਗਾ ਸੀ ਪਹਿਲਾਂ ਫੇਰੇ ਨਾਂ ਰੱਖ ਲੈਂਦੇ ਨੇ ਆਇਆ ਸੀ ਹੈਗਾ ਸੀ ਚਲਿਆ ਗਿਆ ਵਿਛੋੜਾ ਸਭ ਨਾ ਜਿਹੜਾ ਮਿਲਿਆ ਉਹਨੇ ਵਿਛੜਨਾ ਜ਼ਰੂਰ ਹੈ ਤੇ ਮਹਾਰਾਜ ਕਹਿੰਦੇ ਵਿਛੋੜੇ ਦਾ ਬੜਾ ਵੱਡਾ ਦੁੱਖ ਹੈ ਤੇ ਭੁੱਖ ਦਾ ਬੜਾ ਵੱਡਾ ਦੁੱਖ ਫਰੀਦਾ ਮੌਤੋਂ ਭੁੱਖ ਬੁਰੀ ਮੌਤ ਇੱਕ ਵਾਰੀ ਆਉਂਦੀ ਹੈ ਚਲੋ ਕੰਮ ਮੁੱਕ ਜਾਂਦਾ ਹੈ ਪਰ ਇਹ ਤਾਂ ਤਿੰਨ ਵਾਰੀ ਆਉਂਦੀ ਹੈ ਦਿਨ ਚ ਚਲੋ ਤਿੰਨ ਵਾਰ ਨਹੀਂ ਦੋ ਵਾਰੀ ਤਾਂ ਜ਼ਰੂਰੀ ਦੁੱਖ ਦਿੰਦੀ ਹੈ ਕਿਸੇ ਵੀ ਵਿਦਵਾਨ ਨੇ ਲਿਖਿਆ ਐਸੀ ਪੇਟ ਦੀ ਪਟਾਰੀ ਲਾਈ ਕਰੂਰ ਮੁਖ ਚਾਰੀ ਕੂਰ ਕੂਰ ਸਭ ਹਾਰੀ
ਕਹਿੰਦੇ ਪੇਟ ਦੀ ਪਟਾਰੀ ਚਾਰ ਮੂੰਹਾਂ ਵਾਲੇ ਬ੍ਰਹਮਾ ਨੇ ਇਹੋ ਜਿਹੀ ਲਾਈ ਹੈ ਸਾਰੀ ਦੁਨੀਆਂ ਭਰਦੀ ਭਰਦੀ ਥੱਕੀ ਇਹ ਫੇਰ ਕਰਦੀ ਰਹਿੰਦੀ ਹੈ ਸਵੇਰੇ ਭਰਦਾ ਸ਼ਾਮ ਨੂੰ ਸ਼ਾਮ ਨੂੰ ਭਰਦਾ ਸਵੇਰੇ ਸਾਧ ਜੀ ਫਿਰ ਭੁੱਖ ਇੱਕ ਨਹੀਂ ਹੈ ਪੇਟ ਦੀ ਭੁੱਖ ਤਾਂ ਜਦੋਂ ਸਵੇਰੇ ਛਕਦੀ ਸ਼ਾਮ ਤੱਕ ਟਾਈਮ ਲੰਘ ਜਾਂਦਾ ਹੈ ਪਰ ਮਨ ਦੀ ਭੁੱਖ ਜਿੰਨਾ ਕੁਛ ਮਿਲਦਾ ਹੈ ਓਨੀ ਭੁੱਖ ਨਹੀਂ ਵੱਧਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਜ਼ਾਰ ਗੁਣਾ ਇਕੱਠੀ ਵੱਧ ਜਾਂਦੀ ਹੈ ਜਿਹੜੀ ਮਨ ਦੀ ਭੁੱਖ ਹੈ ਜੇ ਰੱਬ ਸੌ ਦਿੰਦਾ ਹੈ ਤੇ ਲੱਖ ਦੀ ਇਕੱਠੀ ਭੁੱਖ ਲੱਗਦੀ ਹੈ ਸਹਿਸ ਖੱਟੇ ਲੱਖ ਕੋ ਉਠਤਾਵੈ ਤ੍ਰਿਪਤਨਾ ਆਵੈ ਮਾਇਆ ਪਾਛੇ ਪਾਵੈ ਜੇ ਰੱਬ ਸੌ ਰੁਪਈਆ ਦਿੰਦਾ ਤੇ ਲੱਖ ਦੀ ਇਕੱਠੀ ਭੁੱਖ ਲੱਗ ਜਾਂਦੀ ਹੈ ਜੇ ਲੱਖ ਦੇ ਦੇਵੇ ਫਿਰ ਦੋ ਪੰਜ ਲੱਖ ਦੀ ਇਕੱਠੀ ਨਹੀਂ ਕਰੋੜ ਦੀ ਇਕੱਠੀ ਲੱਗ ਜਾਂਦੀ ਜੇ ਕਰੋੜਾਂ ਵੀ ਆ ਕੇ ਫਿਰ ਕਿਹੜਾ ਲੱਗ ਜਾਂਦਾ ਹੈ ਫਿਰ ਅਗਾਂਹ ਧਿਆਨ ਰੱਖ ਲੈਂਦਾ ਇਹ ਪਾ ਕੇ ਕਦੇ ਕੋਈ ਰੱਜਿਆ ਨਹੀਂ ਵੀ ਇੰਨੇ ਕੁ ਮਿਲ ਜਾਣਗੇ ਫਿਰ ਆਪਾਂ ਚੈਨ ਨਾਲ ਬਹਿ ਜਾਂਦੇ ਜਿੰਨੇ ਦੇਈ ਜਾਂਦਾ ਹੈ ਉਨੀ ਭੁੱਖ ਵਧੀ ਜਾਂਦੀ ਹੈ ਜਿਵੇਂ ਲੱਕੜਾਂ ਦੇ ਢੇਰ ਨੂੰ ਅੱਗ ਲੱਗ ਗਈ ਉਸ ਅੱਗ ਨੂੰ ਬੁਝਾਉਣ ਵਾਸਤੇ ਲੱਕੜਾਂ ਲਿਆ ਲੈ ਕੇ ਉੱਛੜਦਾ ਹੈ ਅੱਗ ਵਧੇਗੀ ਕਿ ਘਟੇਗੀ ਅਸੀਂ ਪਦਾਰਥਾਂ ਦੀ ਭੁੱਖ ਨੂੰ ਪਦਾਰਥਾਂ ਨਾਲ ਮਿਟਾਉਣੀ ਚਾਹੁੰਦੇ ਹਾਂ ਜਿੰਨੇ ਮਿਲਦੇ ਨੇ ਓਨੀ ਵਧਦੀ ਜਾਂਦੀ ਕਿਉਂਕਿ ਇਸ ਇਲਾਕੇ 'ਚ ਸਾਨੂੰ ਵੀ ਵਿਚਰਦਿਆਂ ਨੂੰ 35-36 ਸਾਲ ਹੋ ਗਏ ਜਿਨ੍ਹਾਂ ਦੇ ਉਦੋਂ ਸਿੱਧੇ ਸਾਧੇ ਸੀ ਕੁੱਲੇ ਸਾਦਾ ਜੀਵਨ ਸਾਦਾ ਖਾਣਾ ਪੀਣਾ ਬੜਾ ਵਧੀਆ ਜੀਵਨ ਸੀ ਸੁਖਦਾਈ ਹੁਣ ਉਹਨਾਂ ਨੇ ਕਈ ਮੰਜ਼ਿਲਾਂ ਕੋਠੀਆਂ ਪਾ ਲਈਆਂ ਪੱਥਰ ਲੱਗੇ ਨੇ ਗੱਡੀਆਂ ਮੋਟਰਾਂ ਖੜੀਆਂ ਨੇ ਹੁਣ ਵੀ ਉਹਨਾਂ ਕੋਲ ਬੈਠੀ ਹੋਈ ਨਹੀਂ ਕਹਿੰਦੇ ਰੱਬ ਨੇ ਬੜੀ ਕਿਰਪਾ ਕਰਤੀ ਹੁਣ ਤਾਂ ਲੋੜ ਹੀ ਕੋਈ ਹੁਣ ਅਗਾਂਹ ਸਕੀਮਾਂ ਹੋਰ ਬਣਾਈ ਬੈਠੇ ਜੇ ਮੁੱਕਣਾ ਤਾਂ ਨਹੀਂ ਹੈ ਤਾਂ ਵਾਧਾ ਚੱਲਿਆ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਸਾਰੀ ਦੁਨੀਆਂ ਦੇ ਪਦਾਰਥ ਪਾ ਕੇ ਆਹ ਸਾਰੀ ਦੁਨੀਆਂ ਜਿਹੜੀ ਜਿਹਨੂੰ ਆਪਾਂ ਆਲ ਵਰਲਡ ਕਹਿੰਦੇ ਹਾਂ ਇੱਕ ਪੁਰੀ ਹੈ ਮਾਤ ਲੋਕ ਜਿੰਨੀਆਂ ਪੁਰੀਆਂ ਨੇ ਇੱਕ ਬੰਦੇ ਨੂੰ ਦੇ ਦੀ ਵੀ ਤੂੰ ਮਾਲਕ ਹੈ ਤੇਰੇ ਨੌ ਕਰਾਤੀਆਂ ਅੱਜ ਤੋਂ ਲੱਗ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਵੀ ਨਹੀਂ ਰਹਿ ਸਕਦਾ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਪੰਡਾ ਉਹਨੂੰ ਮਾਲਕ ਬਣਾਤਾ ਵੀ ਤੂੰ ਅੱਜ ਪਤਾਲਪੁਰੀ ਦਾ ਵੀ ਤੂੰ ਮਾਲਕ ਹੈ ਮਾਤਰੂਪੁਰੀ ਦਾ ਵੀ ਤੂੰ ਮਾਲਕ ਹੈ ਇੰਦਰਪੁਰੀ ਸ਼ਿਵਪੁਰੀ ਬ੍ਰਹਮਪੁਰੀ ਤੇਰੀਆਂ ਨੇ ਅੱਜ ਤੋਂ ਲੱਗ ਗਏ ਸਾਰੀਆਂ ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਕਹਿੰਦਾ ਹੋਰ ਪਤਾ ਗੱਲ ਹੋਰ ਹੈ ਉਹ ਵੀ ਮਿਲਦੇ ਬਸ ਮਹਾਰਾਜ ਕਹਿੰਦੇ ਬਿਨਾਂ ਸੰਤੋਖ ਨਹੀਂ ਪੂਰਾ ਜਾ ਜਿੰਨਾ ਚਿਰ ਇਹ ਨਹੀਂ ਕਹਿੰਦਾ ਪਰਮਾਤਮਾ ਤੇਰਾ ਸ਼ੁਕਰ ਹੈ ਜੋ ਦਿੰਦਾ ਹੈ ਜੋ ਦਏਗਾ ਜੋ ਦੇ ਰਿਹਾ ਹੈ ਤੇਰਾ ਸ਼ੁਕਰ ਉਹ ਤਾਂ ਚੈਨ ਦੀ ਨੀਂਦ ਸੌ ਸਕਦਾ ਹੈ ਬਾਕੀ ਜਿਹੜਾ ਆਖੇ ਮੈਂ ਇਕੱਠੇ ਕਰਕੇ ਰੱਜ ਕੇ ਸੌਵਾਂਗਾ ਉਹ ਰੱਜ ਨਹੀਂ ਸਕਦਾ ਜਿੰਨੇ ਵੱਧਦੇ ਨੇ ਉਨੀ ਦੌੜ ਹੋਰ ਵੱਧ ਜਾਂਦੀ ਓਨੀ ਚਿੰਤਾ ਹੋਰ ਵੱਧ ਜਾਂਦੀ ਓਨੀ ਨੀਂਦ ਡਿਸਟਰਬ ਹੋਰ ਹੋ ਜਾਂਦੀ ਹੈ ਜਦੋਂ ਆਪਣੇ ਕੁੱਲੇ ਜੇ ਸੀ ਸਾਰਾ ਟੱਬਰ ਇੱਕ ਕੋਠੇ ਆਰਾਮ ਨਾਲ ਸੁੱਤਾ ਹੁੰਦਾ ਟੱਬਰ ਹੁੰਦਾ ਸੀ ਨਾਲੇ ਉਦੋਂ ਚਾਰ ਪੰਜ ਲੜਕੇ ਹੁੰਦੇ ਮਾਤਾ ਦੇ ਦੋ ਤਿੰਨ ਧੀਆਂ ਹੁੰਦੀਆਂ ਮਾਤਾ ਪਿਤਾ ਉਹਦੇ ਟੱਬਰ ਹੁੰਦਾ ਸੀ ਨਾ ਸੱਤ ਅੱਠ ਜੀਆਂ ਦਾ ਤੇ ਹੁਣ ਤਾਂ ਬਾਹਰ ਦੀ ਕਿਰਪਾ ਫੌਜੀ 1.25 ਲੱਖ ਹੈ ਜਿਹਨੂੰ ਪੁੱਛੋ ਜੀ ਕਿੰਨੇ ਕਾਕੇ ਕਿੰਨੇ ਆ ਜੀ ਕਹਿੰਦੇ ਜੀ 1.25 ਲੱਖ ਹੀ ਹੈ ਬਸ ਹੁਣ ਆਪਾਂ ਨੂੰ ਇਸੇ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਪੈਣੀ ਕਿਸੇ ਨੂੰ
ਅਸੀਂ ਆਪ ਵੀ ਉਸੇ ਰਸਤੇ ਹੀ ਪੈ ਗਏ ਹਾਂ ਖਤਮ ਹੋਣ ਵਾਲੇ ਅਸੀਂ ਉਸ ਰਸਤੇ ਆਪੇ ਤੁਰ ਪਏ ਹਾਂ ਹੁਣ ਕਿੰਨੇ ਫੌਜਾਂ ਵਿੱਚ ਜਾਣਾ ਦੇਸ਼ ਦੀ ਰਾਖੀ ਕਰਨਾ ਕਿੰਨੇ ਪੰਥ ਦੀ ਰਾਖੀ ਵਾਸਤੇ ਪੰਥ ਸੰਪਰਦਾਵਾਂ ਟਕਸਾਲਾਂ 'ਚ ਜਾ ਕੇ ਵਿੱਦਿਆ ਪੜ੍ਹਨੀ ਹੈ ਕਿੰਨੇ ਸਾਧੂ ਬਣਨਾ ਘਰੋਂ ਭੱਜ ਕੇ ਮਹਾਂਪੁਰਸ਼ਾਂ ਨੂੰ ਪੁੱਛ ਰਹੇ ਬਾਬਾ ਸੁੱਖਾ ਸਿੰਘ ਜੀ ਨੂੰ ਜਿੰਨੇ ਅਸੀਂ ਬਣੇ ਹਾਂ ਨਾ ਭੱਜ ਕੇ ਬਣਿਆ ਪੁਟਕਾ ਕੇ ਕਰ ਕੋਈ ਨਹੀਂ ਛੱਡਣਾ ਜਾਓ ਮਹਾਂਪੁਰਸ਼ਾਂ ਕੋਲ ਸੇਵਾ ਬੰਦਗੀ ਕਰੋ ਜਾ ਕੇ ਕੋਈ ਨਹੀਂ ਛੱਡਣਾ ਜਿਹੜਾ ਪੱਠੇ ਪਾਉਣ ਜੋਗਾ ਹੋਵੇ ਨਾ ਉਹਨੂੰ ਘਰਦੇ ਲੈ ਜਾਂਦੇ ਹਾਂ ਸਾਡਾ ਸਰਦਾ ਨਹੀਂ ਜੀ ਸੀਰੀ ਰੱਖਣਾ ਪਏਗਾ ਜੇ ਇੱਥੇ ਰੱਖ ਲਵਾਂਗੇ ਇਹਨੂੰ ਸੀਰੀ ਦਾ ਕੰਮ ਇੱਥੋਂ ਲਵਾਂਗੇ ਜਿਹੜਾ ਬਜ਼ੁਰਗ ਕਿਤੇ ਪੱਠੇ ਪੁੱਠੇ ਪਾ ਲਵੇ ਨਾ ਮਾੜੇ ਮੋਟੇ ਉਹਨੂੰ ਘਰਦੇ ਆ ਕੇ ਲੈ ਜਾਂਦੇ ਨੇ ਹੁਣ ਕਿਵੇਂ ਜਾਣਾ ਸਤਸੰਗ ਫੌਜ ਹੀ ਸਵਾ ਲੱਖ ਹੁਣ ਨਹੀਂ ਬਹੁਤਾ ਯਤਨ ਕਰਨਾ ਪੈਣਾ ਆਪਣਾ ਹੁਣ ਤਾਂ ਰਸਤਾ ਹੀ ਆਪਾਂ ਵਿਛੋੜ ਲਿਆ ਜਦੋਂ 5-7 ਹੁੰਦੇ ਸੀ ਸਾਡੇ ਬਜ਼ੁਰਗਾਂ ਦੇ ਉਦੋਂ ਕੋਈ ਭੁੱਖਾ ਨਹੀਂ ਮਰਿਆ ਤੇ ਹੁਣ ਕੱਲਾ ਕੱਲਾ ਹੁਣ ਵੀ ਤਖਤੇ ਨੇ ਬੈਠੇ ਰੋਂਦੇ ਹੁਣ ਵੀ ਫਿਰਦੇ ਨੇ ਸਾਰੇ ਜਿਹਨੂੰ ਪੁੱਛੋ ਦੁਖੀ ਬਣੇ ਆ ਬਹੁਤ ਦੁਖੀ ਆ ਇਸ ਕਰਕੇ 4-5 ਹੁੰਦੇ ਸੀ ਕੋਈ ਕਾਸਰਾ ਕੋਲ ਚਲਾ ਜਾਂਦਾ ਕੋਈ ਟਕਸਾਲ ਪੜ੍ਹਨ ਚਲਾ ਜਾਂਦਾ ਕੋਈ ਸਾਧੂ ਬਣ ਜਾਂਦਾ ਹੁਣ ਨਹੀਂ ਮੁੱਦਾ ਕਲਗੀਧਰ ਪਾਤਸ਼ਾਹ ਕਾਲ ਪੁਰਖ ਸਾਡੇ ਤੇ ਆਪ ਹੀ ਕਿਰਪਾ ਕਰੇ ਸਤਿਗੁਰ ਮਹਾਰਾਜ ਕਹਿੰਦੇ ਭੁੱਖ ਦਾ ਬੜਾ ਵੱਡਾ ਦੁੱਖ ਹੈ ਜੇ ਇੱਕ ਭੁੱਖ ਹੋਵੇ ਫਿਰ ਤਾਂ ਚਲੋ ਭੱਜਣਾ ਟਕੇ ਥੋੜ੍ਹੀ ਬਾਕੀ ਆਸਰਾ ਕਰ ਵੀ ਲਵੇ ਪਰ ਭੁੱਖਾਂ ਹੀ ਬੜੀਆਂ ਨੇ ਕਿਸੇ ਨੂੰ ਧਨ ਦੀ ਭੁੱਖ ਹੈ ਕਿਸੇ ਨੂੰ ਇੱਜ਼ਤ ਦੀ ਭੁੱਖ ਹੈ ਕਿਸੇ ਨੂੰ ਸੋਭਾ ਦੀ ਭੁੱਖ ਹੈ ਕਿਸੇ ਨੂੰ ਜਾਇਦਾਦਾਂ ਦੀ ਭੁੱਖ ਹੈ ਕਿਸੇ ਨੂੰ ਧੀਆਂ ਪੁੱਤਰਾਂ ਦੀ ਭੁੱਖ ਹੈ ਕਿਸੇ ਨੂੰ ਮਹਿਲ ਬਾੜੀਆਂ ਦੀ ਭੁੱਖ ਹੈ ਇੱਕ ਭੁੱਖ ਹੈ ਕਿਤੇ ਤਾਂ ਹੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭੁੱਖਾਂ ਜਿੰਨੀਆਂ ਤੈਨੂੰ ਲੱਗੀਆਂ ਨੇ ਉਹ ਸਾਰੀਆਂ ਸ਼ਾਂਤ ਹੋ ਸਕਦੀਆਂ ਨੇ ਜੇ ਤੂੰ ਇੱਕ ਦਵਾਈ ਵਰਤ ਲਵੇਂ ਸਾਚ ਨਾਮ ਆਧਾਰ ਮੇਰਾ ਤਿੰਨ ਭੁੱਖਾਂ ਸਭ ਦਵਾਈਆਂ ਜਿੰਨੇ ਤੈਨੂੰ ਦੁੱਖ ਰੋਗ ਸੰਤਾਪ ਲੱਗੇ ਹੋਏ ਨੇ ਜੇ ਤੂੰ ਬਾਣੀ ਸੁਣੇ ਬਾਣੀ ਪੜ੍ਹੇ ਨਾਮ ਜਪੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਮਹਾਰਾਜ ਦੱਸਦੇ ਤਾਂ ਹੈਗੇ ਹੁਣ ਦਵਾਈ ਤਾਂ ਤੂੰ ਵਰਤਣੀ ਹੈ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਨ ਦੂਤ ਇੱਕ ਦੁੱਖ ਰੋਗ ਲਵੇ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ ਵੈਦ ਜੀ ਕਿਹੜੀ ਬਿਮਾਰੀਆਂ ਦਾ ਇਲਾਜ ਕਰ ਸਕਦਾ ਭੁੱਖ ਨੇ ਸਰੀਰ ਕਿਰਸੀ ਕਮਜ਼ੋਰ ਕਰ ਦਿੱਤੇ ਸਿੰਘਾਂ ਨੇ ਭੁੱਖਿਆ ਤੋਂ ਤਾਂ ਅੰਬਾਲਾ ਨਹੀਂ ਫਿਰਦੀ ਫਿਰ ਤੇਗਾ ਚਲਾਉਣਾ ਜੰਗ ਕਰਨਾ ਤਾਂ ਸਰੀਰ ਤਾਕਤ ਹੋਵੇ ਨਾ ਤਾਂ ਹੀ ਭਗਤਾਂ ਨੇ ਬਾਣੀ ਚ ਆਖਿਆ ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ ਸਾਥੋਂ ਭੁੱਖਿਆ ਤੋਂ ਅੰਬਾਲਾ ਨਹੀਂ ਫਿਰਦੀ ਤੇ ਸਤਸੰਗ ਜੀ ਭੁੱਖਿਆਂ ਤੋਂ ਫਿਰ ਜੰਗ ਕਿਵੇਂ ਹੋ ਸਕਦਾ ਸਿੰਘਾਂ ਨੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕੁਝ ਸਿੰਘ ਸੀ ਜਿਹੜੇ ਬੇਨਤੀਆਂ ਕਰਦੇ ਸੀ ਬਾਕੀ ਜਿਹਨਾਂ ਨੇ ਠਾਣ ਲਿਆ ਸੀ ਜਿਹਨਾਂ ਨੇ ਫੈਸਲਾ ਕਰ ਲਿਆ ਸੀ ਮਰਨਾ ਤਾਂ ਹੈ ਇੱਕ ਦਿਨ ਪਰ ਜੇ ਗੁਰੂ ਦੇ ਦਰ ਤੇ ਮਰ ਜਾਂਗੇ ਤਾਂ ਮਰਨਾ ਲੇਖੇ 'ਚ ਪੈ ਜਾਏਗਾ ਜੇ ਗੁਰੂ ਦਾ ਦਰ ਛੱਡ ਕੇ ਮਰਾਂਗੇ ਫਿਰ ਵਾਰ ਵਾਰ ਮਰਨਾ ਪਵੇਗਾ ਜਿਹਨਾਂ ਨੇ ਫੈਸਲਾ ਕਰ ਲਿਆ ਸਤਸੰਗ ਜੀ ਮਰਨਾ ਆਪਾਂ ਸਾਰਿਆਂ ਨੇ ਜੇ ਕਿਸੇ ਕੋਲ ਗਰੰਟੀ ਕਾਰਡ ਹੈ ਉਹ ਬਾਂਹ ਖੜੀ ਕਰਕੇ ਆਖੇ ਐਵੇਂ ਹੀ ਕਰੀ ਜਾਂਦੇ ਨੇ ਮਰਨਾ ਹੈ ਮੈਂ ਤਾਂ ਨਹੀਂ ਮਰਦਾ ਤੇ ਭੁਲੇਖਾ ਸਾਰਿਆਂ ਨੂੰ ਇਹੀ ਹੈ ਮੈਂ ਨਾ ਮਰੋ ਮਰਬੋ ਸੰਸਾਰ ਉਹ ਤਾਂ ਬਿਮਾਰ ਸੀ ਤਾਂ ਧਿਆਨ ਹੀ ਨਹੀਂ ਰੱਖਦਾ ਉਹਦਾ ਤਾਂ
ਮੈਂ ਤਾਂ ਬੜਾ ਧਿਆਨ ਰੱਖਣਾ ਤੇਰੇ ਨਾਲ ਸਿਆਣੇ ਬੜੇ ਲੱਗ ਗਏ ਨੇ ਬੜੇ ਧਿਆਨ ਰੱਖਣ ਵਾਲੇ ਆਪਾਂ ਸਾਰੇ ਮੌਤ ਦੇ ਮੂੰਹ ਵੱਲ ਜਾ ਰਹੇ ਹਾਂ ਆਪਣੇ ਆਪ ਹੀ ਜਾ ਰਹੇ ਹਾਂ ਬੈਠ ਕੇ ਬਚਪਨ ਚੜਿਆ ਗਿਆ ਕਿ ਘੱਲਿਆ ਸੀ ਕਿਸੇ ਨੇ ਕਿਹਾ ਸੀ ਹੁਣ ਬੜਾ ਹੋ ਗਿਆ ਬਚਪਨ 20 ਸਾਲ ਹੁਣ ਜਵਾਨੀ ਆਉਣ ਦੇ ਬਚਪਨ ਆਪਣੇ ਆਪ ਹੀ ਚਲਾ ਗਿਆ ਤੇ ਜਵਾਨੀ ਆ ਗਈ ਤੇ ਜਵਾਨੀ ਦਾ ਮਾਣ ਸੀ ਰਹੇਗੀ ਸਦਾ ਹੀ ਬੜੀਆਂ ਐਕਸਰਸਾਈਜ਼ ਬੜੀਆਂ ਵਰਜਿਸ਼ਾਂ ਕਰਦਾ ਰਿਹਾ ਸੀ ਤੇ ਸ਼ੀਸ਼ੇ ਕੇ ਖੜ ਕੇ ਸਮਝਦਾ ਸੀ ਵੀ ਆ ਜਲਵਾਣ ਦੇ ਇਲਾਕੇ 'ਚ ਮੈਂ ਹੀ ਆਇਆ ਜੇ ਨਾ ਹੁੰਦਾ ਇਹ ਹੋਣਾ ਇੱਥੇ ਕੱਖ ਨਹੀਂ ਸੀ ਸਭ ਨੂੰ ਭੁਲੇਖਾ ਇੱਕੋ ਹੀ ਸਾਸ ਨਹੀਂ ਹਾਂ ਤੇ ਮੈਂ ਕਿਹਨੂੰ ਕਹਿੰਦੇ ਨੇ ਹਾਂ ਸਰੀਰ ਦੀ ਮੇਰੇ ਵਰਗਾ ਸੋਹਣਾ ਤੇ ਸਿਆਣਾ ਰੱਬ ਨੇ ਪੈਦਾ ਨਹੀਂ ਕੀਤਾ ਇਹਨੂੰ ਹਰ ਇੱਕ ਨੂੰ ਭੁਲੇਖਾ ਪਾ ਜਾਏ ਰੱਬ ਨੇ ਸ਼ੀਸ਼ੇ ਕੇ ਖੜ ਕੇ ਇਹਨੂੰ ਦੇਖੀ ਜਾਂਦਾ ਹੈ ਬਸ ਤੂੰ ਹੀ ਆ ਗਿਆ ਇਸ ਇਲਾਕੇ 'ਚ ਤਾਂ ਹੀ ਮਾੜੀ ਮੋਟੀ ਰੌਣਕ ਕਹਿੰਦੇ ਤਾਂ ਇੱਥੇ ਕੀ ਹੋਣਾ ਤੇ ਮੈਂ ਮਮਤਾ ਸੰਸਾਰ ਦੀ ਸਭ ਨੂੰ ਭੁਲੇਖਾ ਜਵਾਨੀ ਕਿਸੇ ਨੇ ਘੱਲੀ ਨਹੀਂ ਵੀ ਜਾ ਹੁਣ ਬੜਾ ਚਿਰ ਹੋ ਗਿਆ ਜਵਾਨੀ ਥੋੜ੍ਹਾ ਰੱਖਣੀ ਬਾਹ ਝਾਣ ਦੀ ਲਾ ਲਈ ਪਰ ਜਵਾਨੀ ਫਿਰ ਵੀ ਚਲੀ ਗਈ ਆ ਜਿਹੜੇ ਖੂੰਡੀਆਂ ਬੜੇ ਫਿਰਦੇ ਨਾ ਆ 35 ਸਾਲ ਪਹਿਲਾਂ ਆਪਣੇ ਆਪ ਨੂੰ ਰੁਸਤਮ ਹੀ ਸਮਝਦੇ ਹੁੰਦੇ ਸੀ ਵੀ ਜੇ ਅੱਡੀ ਮਾਰੀ ਨਾ ਧਰਤੀ 'ਤੇ ਫਿਰ ਧਰਤੀ ਕਿੱਥੇ ਲੱਭਣੀ ਇੱਥੇ ਆ ਹੁਣ ਏਡੇ ਮੇਡੇ ਜਿਹੇ ਹੋਏ ਫਿਰਦੇ ਨੇ ਸਾਰੇ ਹੈ ਤਾਂ ਅਸੀਂ ਵੀ ਇਹਨਾਂ ਦੇ ਵਿੱਚ ਹੀ ਹਾਂ ਹੁਣ ਕਿਉਂਕਿ ਬਾਹਰ ਕਹਿੰਦੇ ਨੇ ਸੱਚੀ ਕੇ ਬੜੇ ਖਵਾਬ ਹੈ ਪਰ ਕਿਸੇ ਨੇ ਘੱਲੀ ਸੀ ਜਵਾਨੀ ਕਿ ਆਪੇ ਤੁਰ ਗਈ ਉਹ ਗਈ ਕਿੱਧਰ ਹੈ ਜਵਾਨੀ ਗਈ ਤੇ ਦਿਸਦਾ ਪਿਆ ਹੁਣ ਬੜੇਪਾ ਵੀ ਜਾ ਰਿਹਾ ਅੱਖਾਂ ਦੀ ਜੋਤ ਘੱਟ ਗਈ ਬਥੇਰੀਆਂ ਐਨਕਾਂ ਰੂਪਾਂ ਦਿੰਦਾ ਤਰਲੇ ਹੀ ਨਹੀਂ ਨਾ ਇੱਦਾਂ ਇੱਥੇ ਵੀ ਦਿਸ ਰਿਹਾ ਵੀ ਅੱਗੇ ਅੰਤ ਹੀ ਹੈ ਕੰਨਾਂ ਤੋਂ ਸੁਣਦਾ ਘੱਟ ਹੈ ਅੱਖਾਂ ਤੋਂ ਦਿਖਦਾ ਘੱਟ ਹੈ ਮੂੰਹ 'ਚ ਦੰਦ ਨਿਕਲ ਗਏ ਆਪਣੇ ਆਪ ਹੀ ਹੁਣ ਪੈਰਾਂ ਤੋਂ ਤੁਰਿਆ ਨਹੀਂ ਜਾਂਦਾ ਹੁਣ ਜਾ ਹੀ ਰਿਹਾ ਨਾ ਕਿਸੇ ਪਾਸੇ ਬਸ ਤਿਆਰੀ ਰੱਖੋ ਹਰ ਦਮਾ ਪਰ ਗਮਾ ਹੈ ਕਹੀਂ ਆਖਰੀ ਨਾ ਹੋ ਇਹ ਕੁਝ ਜ਼ਰੂਰੀ ਨਹੀਂ ਵੀ ਭੜੇਪੇ 'ਚ ਹੀ ਜਾਣਾ ਹੈ ਕਈ ਵਿਚਾਰੇ ਕੁਛ ਦਿਨਾਂ ਦੀ ਅਲਵਿਦਾ ਕਹਿ ਜਾਂਦੇ ਆ ਕਈ ਭਰ ਜਵਾਨੀ ਬੜੇਪੇ ਵਾਲੇ ਤਾਂ ਆਪੇ ਕਹਿਣ ਲੱਗਦੇ ਨੇ ਭਾਵੇਂ ਉਤਰੇ ਮਣੇ ਕਹਿਣ ਬਸ ਵੀ ਸਾਡਾ ਤਾਂ ਹੁਣ ਟਾਈਮ ਥੋੜ੍ਹਾ ਹੀ ਹੈ ਵਿੱਚੋਂ ਤਾਂ ਕਹਿੰਦੇ ਨੇ ਵੀ ਜੇ ਬਾਬਾ ਟਾਈਮ ਲੱਗ ਜਾਏ ਕਈ ਬਜ਼ੁਰਗ ਵੀ ਕਹਿੰਦੇ ਨੇ 100-100 ਸਾਲ ਤੋਂ ਉੱਪਰ ਹੋਏ ਤਾਂ ਮਤਲਬ ਆਸ ਹੈਗੀ ਅੰਦਰ ਤੇ ਸਾਰੇ ਆਪਾਂ ਜਾ ਰਹੇ ਆਪਣੇ ਸਭਨਾ ਮਰਨਾ ਆਇਆ ਜੇ ਮਰਨਾ ਹੀ ਹੈ ਤੇ ਫਿਰ ਕਿਉਂ ਨਾ ਗੁਰੂ ਦੇ ਦਰ ਤੇ ਗੁਰੂ ਵਾਲੇ ਬਣ ਕੇ ਮਰੀਏ ਕਿ ਮੁੜ ਕੇ ਮਰਨਾ ਨਾ ਪਵੇ ਜੇ ਬੇਮੁਖ ਹੋ ਕੇ ਮਰਾਂਗੇ ਫਿਰ ਵਾਰ ਵਾਰ ਮਰਨਾ ਪਵੇਗਾ ਮੌਤ ਸਾਡੇ ਗਾਲ ਹੀ ਪੈ ਜਾਏਗੀ ਐਸੀ ਮਰਨੀ ਮਰ ਜਾ ਮਰਨਾ ਪਵੇ ਨਾ ਦੁਜੀ ਵਾਰੀ ਐਸੀ ਮਰਨੀ ਮਰ ਜਾ Thank you.
ਮਰਨਾ ਤਾਂ ਹੈ ਪਰ ਜੇ ਗੁਰੂ ਦੇ ਹੁਕਮ ਚੱਲ ਕੇ ਮਰਾਂਗੇ ਫਿਰ ਸਵਾਰ ਲਾਂਗੇ ਮਰਨਾ ਤੇ ਜੇ ਗੁਰੂ ਤੋਂ ਬੇਮੁਖ ਹੋ ਕੇ ਮਰ ਗਏ ਫਿਰ ਮਰਨਾ ਗਲ ਪੈ ਜਾਏਗਾ ਮਰਾਂਗੇ ਜੰਮਾਂਗੇ ਜੰਮਾਂਗੇ ਮਰਾਂਗੇ ਜਿਨ੍ਹਾਂ ਸਿੰਘਾਂ ਨੇ ਫੈਸਲਾ ਕਰ ਲਿਆ ਸੀ ਉਹ ਤਾਂ ਕਹਿੰਦੇ ਸੀ ਗੁਰੂ ਦੇ ਦਰ ਤੇ ਮਰਾਂਗੇ ਜੇ ਮਰਨਾ ਹੈ ਪਰ ਕੁਝ ਸਿੰਘ ਭੁੱਖ ਤੋਂ ਤੰਗ ਆ ਕੇ ਬੇਨਤੀਆਂ ਕਰ ਰਹੇ ਸੀ ਮਹਾਰਾਜ ਕਹਿੰਦੇ ਸਿੰਘੋ ਇਹ ਸਮਾਂ ਸਦਾ ਨਹੀਂ ਰਹਿਣਾ ਕੁਛ ਦਿਨ ਦੇਖੋ ਫਿਰ ਵਾਰ ਵਾਰ ਬੇਨਤੀਆਂ ਕਰਦੇ ਇੱਧਰ ਦੁਸ਼ਮਣ ਵੀ ਖੋਜੀਆਂ ਚੱਲ ਰਿਹਾ ਚਾਲਾਂ ਚੱਲ ਰਿਹਾ ਪਹਾੜੀ ਰਾਜਿਆਂ ਨੇ ਆਟੇ ਦੀ ਦੋ ਬਣਾ ਕੇ ਮੁਸਲਮਾਨ ਨਵਾਬ ਸੂਬੇ ਔਰੰਗਜ਼ੇਬ ਨੇ ਕੁਰਾਨ ਦੇ ਉੱਤੇ ਆਪ ਦਸਤਖਤ ਕਰਕੇ ਆਪਣੇ ਦਸਤਖਤ ਦਸਵੇਂ ਪਾਤਸ਼ਾਹ ਮਹਾਰਾਜ ਕੋਲ ਭੇਜਿਆ ਕਿ ਅਸੀਂ ਹਿੰਦੂ ਰਾਜੇ ਗਊ ਦੀ ਕਸਮ ਖਾਂਦੇ ਹਾਂ ਤੇ ਔਰੰਗਜ਼ੇਬ ਕੁਰਾਨ ਦੀ ਕਸਮ ਖਾ ਕੇ ਕਹਿੰਦਾ ਕਿ ਤੁਸੀਂ ਜਿੱਧਰ ਮਰਜ਼ੀ ਮੌਜ ਨਾਲ ਚਲੇ ਜਾਓ ਕੋਈ ਤੁਹਾਡੇ ਤੇ ਹਮਲਾ ਨਹੀਂ ਕਰੇਗਾ ਕੁਛ ਟਾਈਮ ਤੋਂ ਬਾਅਦ ਫਿਰ ਆ ਕੇ ਇੱਥੇ ਰਹਿਣ ਲੱਗ ਗਏ ਸਾਹਸਾ ਦੀ ਚਲਾਕੀ ਲੋਕਾਂ ਨਾਲ ਥੋੜ੍ਹਾ ਚਿਰ ਚੱਲ ਸਕਦੀ ਹੈ ਪਰ ਰੱਬ ਨਾਲ ਨਹੀਂ ਚੱਲ ਸਕਦੀ ਕਿਉਂਕਿ ਦੁਨੀਆਂ ਵੀ ਰੱਬ ਦਾ ਰੂਪ ਹੈ ਸੱਚਾਈ ਇਹਨਾਂ ਦੇ ਸਾਹਮਣੇ ਵੀ ਆ ਜਾਂਦੀ ਥੋੜ੍ਹਾ ਚਿਰ ਚਲਾਕੀ ਲੋਕਾਂ ਨਾਲ ਚੱਲ ਜਾਂਦੀ ਹੈ ਠੱਗੀਆਂ ਥੋੜ੍ਹਾ ਚਿਰ ਚੱਲ ਜਾਂਦੀਆਂ ਕਿਉਂਕਿ ਦੁਨੀਆਂ ਵਿੱਚ ਰੱਬ ਹੈ ਤੇ ਰੱਬ ਵਿੱਚ ਦੁਨੀਆਂ ਕਾਲਕ ਕਲਕ ਕਲਕ ਮੈਂ ਕਾਲਕ ਹੋ ਰਹੇ ਹੋ ਸਭ ਠਾਈ ਪਰ ਪਰਮਾਤਮਾ ਤਾਂ ਸਾਨੂੰ ਉੱਥੋਂ ਜਾਂਦਾ ਜਿੱਥੋਂ ਫੁਰਨਾ ਬਣ ਰਿਹਾ ਸਾਡੇ ਅੰਦਰ ਸੰਕਲਪ ਬਣ ਰਿਹਾ ਜਿਹੜਾ ਆਪਾਂ ਇੱਥੇ ਬੈਠੇ ਸੋਚ ਰਹੇ ਹਾਂ ਉਹ ਵੀ ਮਹਾਰਾਜ ਨੂੰ ਪਤਾ ਹੈ ਕਿ ਮਨ 'ਚ ਫੁਰਨਾ ਕੀ ਕਰੇ ਉਹ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲਾ ਸੱਚੇ ਪਾਤਸ਼ਾਹ ਹੈ ਪਰ ਦੁਨੀਆਂ ਚਲਾਕੀ ਰੱਬ ਨਾਲ ਵੀ ਕਰਦੀ ਹੈ ਤੇ ਗੁਰੂ ਨਾਲ ਵੀ ਕਰਦੇ ਇਸੇ ਕਰਕੇ ਉਹ ਦ੍ਰਿਸ਼ਟ ਬਣ ਕੇ ਰਹਿੰਦਾ ਦਿਸਦਾ ਨਹੀਂ ਨਹੀਂ ਤਾਂ ਠੱਗੀ ਲੋਕ ਰੱਬ ਨਾਲ ਵੀ ਮਾਰ ਜਾਣ ਵੈਸੇ ਮਾਰਦੇ ਬੜੇ ਨੇ ਜਿੰਨੀ ਠੱਗੀ ਧਰਮ ਦੇ ਨਾਲ ਨਾਂ ਤੇ ਵੱਜਦੀ ਹੈ ਹੋਰ ਕਿਸੇ ਕੰਮ ਤੇ ਇੰਨੀ ਛੇਤੀ ਹੋਈ ਧਰਮ ਦੇ ਨਾਂ ਤੇ ਛੇਤੀ ਠੱਗੀ ਵੱਜਣੀ ਧਰਮ ਸੱਚਾ ਰਸਤਾ ਹੈ ਧਰਮ ਤੇ ਲੋਕੀ ਵਿਸ਼ਵਾਸ ਛੇਤੀ ਕਰ ਲੈਂਦੇ ਤੇ ਜਿਹੜੇ ਲੋਕ ਧਰਮ ਦਾ ਨਾਂ ਠੱਗੀ ਮਾਰਦੇ ਫਿਰ ਆਪਣੇ ਦੋਵੇਂ ਲੋਕ ਗਵਾ ਲੈਂਦੇ ਆ ਲੋਕ ਵੀ ਪਰ ਲੋਕ ਵੀ ਮਹਾਰਾਜ ਕਹਿੰਦੇ ਸਿੰਘੋ ਇਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਖੈਰ ਉਹ ਦਿਨ ਆ ਗਿਆ ਜਿਹੜਾ ਪੰਜ ਸਾਲਾਂ ਦੀ ਉਮਰ 'ਚ ਪਟਨਾ ਸਾਹਿਬ ਆ ਕੇ ਆਖਿਆ ਸੀ ਆਪਣੀ ਮਾਤਾ ਨੂੰ ਬੜੇ ਕੀਮਤੀ ਕੰਗਣ ਮਾਤਾ ਨੇ ਕਲਗੀਧਰ ਪਾਤਸ਼ਾਹ ਦੇ ਹੱਥਾਂ 'ਚ ਬਣਾ ਕੇ ਪਾਏ ਗੰਗਾ ਦੇ ਕਿਨਾਰੇ ਖੇਡਦੇ ਇੱਕ ਕੰਗਣ ਗੰਗਾ 'ਚ ਗਿਰ ਗਿਆ ਘਰ ਖੇਡ ਗਏ ਮਾਤਾ ਨੇ ਪੁੱਛਿਆ ਲਾਲ ਕੰਗਣ ਕਿੱਥੇ ਸਿੱਟਾਇਆ ਨਾਲ ਦੇ ਸਾਥੀ ਨੇ ਆਖਿਆ ਮਾਂ ਗੰਗਾ ਦੇ ਕਿਨਾਰੇ ਖੇਡਦਿਆਂ ਕੰਗਣ ਗੰਗਾ 'ਚ ਸਿੱਟਾ ਗੋਬਿੰਦ ਰਾਏ ਗੰਗਾ 'ਚ ਸਿੱਟਾ ਇਹਨੇ ਕੰਗਣ ਮਾਤਾ ਜੀ ਕਿਨਾਰੇ 'ਤੇ ਲੈ ਗਏ ਗੰਗਾ ਦੇ ਕਿਨਾਰੇ 'ਤੇ ਪੁੱਛਦੇ ਨੇ ਕਿੱਥੇ ਸਿੱਟਿਆ ਸੀ ਕੰਗਣ ਦੂਜੇ ਹੱਥ 'ਚ ਕੱਢ ਕੇ ਸਿੱਟ ਕੇ ਆਖਿਆ ਪਹਿਲਾਂ ਵੀ ਇੱਥੇ ਹੀ ਸਿੱਟਿਆ ਸੀ ਤੇ ਮਾਤਾ ਗੁੱਸੇ ਵਿੱਚ ਆ ਕੇ ਕਹਿੰਦੀ ਮੇਰਾ ਘਰ ਉਜਾੜ ਕੇ ਛੱਡੇਗਾ ਮੈਂ ਕੀਮਤੀ ਕੰਗਣ ਤੇਰੇ ਹੱਥਾਂ 'ਚ ਪਾਏ ਸੀ ਪਰ ਤੂੰ ਦੋਵੇਂ ਗੰਗਾ 'ਚ ਸਿੱਟ ਦਿੱਤੇ ਗੰਗਾ ਦੇ ਕਿਨਾਰੇ ਖੜੇ ਨੇ ਪੰਜ ਸਾਲ ਦੀ ਉਮਰ ਹੈ ਮਹਾਰਾਜ ਦੀ
ਤੇ ਆਪਣੀ ਮਾਤਾ ਨੂੰ ਕਹਿੰਦੇ ਨੇ ਮਾਂ ਜਿੱਦਣ ਤੇਰਾ ਘਰ ਗੁਜਰੇਗਾ ਉਦਣ ਇਸ ਦੇਸ਼ ਦੇ ਘਰ ਵਸਣਗੇ ਇਸ ਦੇਸ਼ ਦੇ ਘਰਾਂ ਨੂੰ ਵਸਾਉਣ ਵਾਸਤੇ ਤੇਰੇ ਘਰ ਨੂੰ ਇੱਕ ਦਿਨ ਉੱਜੜਨਾ ਪਵੇਗਾ ਹੁਣ ਆਪਣੇ ਮਨ ਚ ਆਉਂਦਾ ਹੋਣਾ ਵੀ ਇਹ ਉੱਜੜਿਆਂ ਦਾ ਦੇਸ਼ ਸੀ ਇੱਥੋਂ ਦੇ ਘਰ ਉੱਜੜੇ ਸੀ ਜਿਹੜੇ ਵਸਾਉਣ ਵਾਸਤੇ ਕਲਗੀਧਰ ਪਾਤਸ਼ਾਹ ਨੂੰ ਆਪਣਾ ਘਰ ਉਜਾੜਨਾ ਪਿਆ ਸਤਸੰਗ ਜੀ ਦੇਸ਼ ਵਿੱਚ ਵੱਸਦਾ ਹੀ ਕੌਣ ਸੀ ਤਾਂ ਧਰਤੀ ਉੱਜੜਿਆਂ ਦੀ ਬਣੀ ਹੋਈ ਇਹਨੂੰ ਜਿਹੜਾ ਆਇਆ ਲੁੱਟ ਕੇ ਕੁੱਟ ਕੇ ਤੁਰ ਗਿਆ ਇੱਕ ਲੱਤ ਤੋਂ ਲਗੜਾ ਆਦਮੀ ਥੋੜੀ ਜਿਹੀ ਫੌਜ ਲੈ ਕੇ ਆਉਂਦਾ ਇਸ ਦੇਸ਼ ਨੂੰ ਲੁੱਟ ਕੇ ਲੈ ਜਾਂਦਾ ਕੱਲੀ ਸੋਨਾ ਚਾਂਦੀ ਹੀਰੇ ਮੋਤੀ ਨਹੀਂ 30-30 ਹਜ਼ਾਰ ਇਸ ਦੇਸ਼ ਦੀ ਲੜਕੀ ਇਕੱਠੀ ਕਰਕੇ ਲੈ ਜਾਂਦਾ ਇਹਨੂੰ ਕਿਹਾ ਪੜ੍ਹੋ ਆਪਣਾ ਇਤਿਹਾਸ ਜਿਹੜੇ ਅੱਜ ਕਹਿੰਦੇ ਨੇ ਇਹ ਤਾਂ ਸਾਡਾ ਦੇਸ਼ ਹੈ ਅਸੀਂ ਇਹਦੇ ਮਾਲਕ ਹਾਂ ਆ 3 ਕੁ ਸਦੀਆਂ ਦਾ ਪਹਿਲਾਂ ਇਤਿਹਾਸ ਪੜ੍ਹੋ ਇਹਨਾਂ ਨੂੰ ਕਹੋ ਆਪਣਾ ਸਤਾਰਾਂ ਵਾਰੀ ਇਸ ਦੇਸ਼ ਨੂੰ ਇਕੱਲੇ ਬਜ਼ਾਦੀ ਨੇ ਲੁੱਟਿਆ ਤੇ ਇਸ ਦੇਸ਼ ਦੀਆਂ ਲੜਕੀਆਂ ਇਕੱਠੀਆਂ ਕਰਕੇ ਲੈ ਜਾਂਦਾ ਸੀ ਤੇ ਗਜਨੀ ਦੇ ਬਾਜ਼ਾਰਾਂ 'ਚ ਉਹ 1 ਟਕੇ ਦੀ ਵਿਕਦੀ ਹੁੰਦੀ ਸੀ 2 ਪੈਸੇ ਦੀ ਇਸ ਦੇਸ਼ ਦੀ ਲੜਕੀ ਮੰਡੀ ਲੱਗਦੀ ਸੀ ਗਜਨੀ ਦੇ ਬਾਜ਼ਾਰ ਆ ਜਿਹੜੀਆਂ ਸਾਡੀਆਂ ਮਾਵਾਂ ਬੀਬੀਆਂ ਧੀਆਂ ਨੱਕਾਂ ਨਵਿੰਨ ਕੇ ਗਹਿਣੇ ਪਾਉਂਦੀਆਂ ਨਾ ਇਹ ਰਿਵਾਜ ਉਦੋਂ ਤੋਂ ਚੱਲਿਆ ਹੋਇਆ ਨੱਕਾਂ ਨਵਿੰਨੇ ਗੁਲਾਮੀ ਦੀ ਨਿਸ਼ਾਨੀ ਹੈ ਉਹਨਾਂ ਨੂੰ ਸ਼ਿੰਗਾਰਨ ਵਾਸਤੇ ਬਨਾਉਟੀ ਗਹਿਣੇ ਪਾ ਕੇ ਲਿਜਾਂਦੇ ਸੀ ਉਹ ਮੰਡੀ 'ਚ ਪੈ ਜਾਂਦੇ ਮੈਨੂੰ ਇਹ ਫੈਸ਼ਨ ਬਣ ਗਿਆ ਜਿਹਨੂੰ ਪਰਮਾਤਮਾ ਨੇ ਸ਼ਿੰਗਾਰ ਕੇ ਭੇਜਿਆ ਸਾਰਿਆਂ ਨੂੰ ਜਿਹਨਾਂ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਹਨਾਂ ਉਬਾਰਿਆ ਤੇ ਰੱਬ ਨਾਲੋਂ ਜ਼ਿਆਦਾ ਕੋਈ ਹੁਣ ਸ਼ਿੰਗਾਰ ਨਹੀਂ ਸਕਦਾ ਐਵੇਂ ਸਿੱਖਾਂ ਦੀਆਂ ਧਾਈ ਧਿਆਈਆਂ ਧੀਆਂ ਜਾ ਕੇ ਭਰਵੱਟੇ ਤੇ ਆਪਣੇ ਕੇਸ ਬਣਾਉਂਦੀਆਂ ਫਿਰਦੀਆਂ ਜਿਹੜੀ ਸਿੱਖ ਦੀ ਧੀ ਆਪਣੇ ਕੇਸ ਬਣਾਉਂਦੀ ਹੈ ਤੇ ਆਪਣੇ ਪੁੱਤਰ ਨੂੰ ਕਿਵੇਂ ਕਹਿ ਸਕਦੀ ਹੈ ਉਹ ਕੇਸ ਨਾ ਕਟਾਈ ਤੇਰਾ ਸਿਰ ਲੈ ਜਾਵੇ ਭਾਵੇਂ ਕਦੀ ਮਾਂ ਗੱਲਾਂ ਨਹੀਂ ਕਰੇਗੀ ਆਪਣੇ ਬੱਚੇ ਨਾਲ ਉਹ ਤਾਂ ਕਹੋ ਕਿ ਦੇਖ ਮੈਂ ਕਿੱਡੇ ਸੋਹਣੇ ਬਣਾਇਆ ਤੂੰ ਵੀ ਬਣਾਇਆ ਕਰ ਸਿੱਖਣ ਦੇ ਧੀਆਂ ਕੇਸ ਬਣਵਾਈ ਫਿਰਦੀ ਹੈ ਕੋਈ ਆਪਣੀਆਂ ਸਹੇਲੀਆਂ ਸਵਾਰਦੀ ਹੈ ਕੋਈ ਬਾਲ ਸਵਾਰਦੀਆਂ ਫਿਰਦੀ ਹੈ ਹੁਣ ਇਹਨਾਂ ਦੇ ਕੁੱਖੋਂ ਸ਼ਹੀਦ ਤਾਂ ਨਹੀਂ ਪੈਦਾ ਹੋ ਸਕਦੇ ਨੱਚਣ ਵਾਲੇ ਤਾਂ ਪੈਦਾ ਹੋ ਸਕਦੇ ਸ਼ਹਾਦਤਾਂ ਦੇਣ ਵਾਲੇ ਨੂੰ ਜਨਮ ਨਹੀਂ ਦੇਣਗੀਆਂ ਇਹ ਡਾਂਸ ਸਿੱਖਣ ਵਾਲੇ ਨੂੰ ਹੁਣ ਜਨਮ ਦੇਣਗੀਆਂ ਸਿੱਖਾਂ ਦੇ ਪੁੱਤਰ ਡਾਂਸ ਸਿੱਖਦੇ ਆ ਡਾਂਸ ਤਾਂ ਅੰਗਰੇਜ਼ੀ 'ਚ ਕਹਿੰਦੇ ਨੇ ਪੰਜਾਬੀ 'ਚ ਕੀ ਕਹਿੰਦੇ ਨੇ ਨਚਾਰ ਬਣਨਾ ਸਿੱਖਦੇ ਜਿਹੜੀ ਕੌਮ ਦੇ ਨੌਜਵਾਨ ਗੱਤਕਾ ਸਿੱਖਦੇ ਸੀ ਸ਼ਾਸਤਰ ਵਿੱਦਿਆ ਉਸ ਕੌਮ ਦੇ ਨੌਜਵਾਨ ਭੰਗੜਾ ਸਿੱਖਦੇ ਨਚਾਰ ਬਣਨਾ ਸਿੱਖ ਰਹੇ ਨੇ ਸਤਸੰਗ ਜੀ ਜਿਹਨੂੰ ਰੱਬ ਨੇ ਸ਼ਿੰਗਾਰ ਕੇ ਭੇਜਤਾ ਉਹਨੂੰ ਹੋਰ ਸ਼ਿੰਗਾਰ ਦੀ ਲੋੜ ਨਹੀਂ ਹੈ ਸਾਦਗੀ ਵੀ ਇੱਕ ਸ਼ਿੰਗਾਰ ਹੈ ਸਤਸੰਗ ਕੁਦਰਤੀ ਜਿਹੜੀ ਗੱਲ ਹੈ ਪਰਮਾਤਮਾ ਦੀ ਬਣਾਈ ਉਹਦੇ ਖਿੱਚ ਹੈ ਲੋਕ ਉੱਥੇ ਜਾ ਰਹੇ ਨੇ ਜਿਹੜੀ ਰੱਬ ਦੇ ਕੁਦਰਤੀ ਚੀਜ਼ਾਂ ਬਣਾਈਆਂ ਉਹ ਦੇਖਣ ਜਾ ਰਹੇ ਬੰਦੇ ਨੇ ਬੜਾ ਕੁਛ ਬਣਾਇਆ ਪਰ ਇੱਕ ਵਾਰੀ ਵੇਖ ਕੇ 2 ਵਾਰੀ ਮੁੜ ਕੇ ਕੋਈ ਨਹੀਂ ਦੇਖਦਾ ਇਹ ਉੱਜੜਿਆਂ ਦਾ ਦੇਸ਼ ਸੀ ਸਤਸੰਗ ਵਿੱਚ ਇਹਨੂੰ ਵਸਾਉਣ ਵਾਸਤੇ ਕਲਗੀਧਰ ਪਾਤਸ਼ਾਹ ਨੂੰ ਆਪਣਾ ਘਰ ਉਜਾੜਨਾ ਪਿਆ ਛੇ ਪੋਹ ਦਾ ਦਿਹਾੜਾ ਸੀ ਅੱਜ 2 ਪੋਹ ਹੋ ਗਿਆ ਸਤਸੰਗ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਨੰਦਪੁਰੀ ਛੱਡਣ ਦਾ ਫੈਸਲਾ ਕਰ ਲਿਆ
ਖਜ਼ਾਨਾ ਸਤਿਗੁਰੂ ਨੇ ਸੌਂਪ ਦਿੱਤਾ, ਉਹ ਚਨਕਾਰਾ ਵੱਜਿਆ। ਉਹ ਨੰਦਾ ਦੀ ਪੁਰੀ ਜਿਸ ਮੌਸਮ ਦੇ ਵਿੱਚ ਜਾਨਵਰ ਵੀ ਆਦਿ ਨਾਲ ਲੱਭਦੇ ਨੇ, ਆਸਰਾ ਭਾਲਦੇ ਨੇ, ਉਸ ਮੌਸਮ ਕਹਿਰ ਦੀ ਸਰਦੀ ਠੱਕਾ ਚੱਲਦਾ ਹੈ, ਕਣੀਆਂ ਤੇ ਹਵਾ ਦੋਵੇਂ ਇਕੱਠੇ ਚੱਲਦਾ ਹੈ, ਅੰਗ ਨੀਲੇ ਹੁੰਦੇ ਨੇ। ਜਿਸ ਰਾਤ ਨੂੰ ਮਹਾਰਾਜ ਅਨੰਦਪੁਰੀ ਛੱਡੀ, ਆਪਾਂ ਹਾਲ 'ਚ ਬੈਠੇ ਹਾਂ, ਮਹਾਂਪੁਰਸ਼ਾਂ ਨੇ ਸੰਗਤ ਦੀ ਸਹੂਲਤ ਵਾਸਤੇ ਬੜਾ ਵਿਸ਼ਾਲ ਹਾਲ ਬਣਾਇਆ, ਫਿਰ ਕੋਟੀਆਂ ਜਰਸੀਆਂ ਲੋਈਆਂ ਧੁੱਪੇ ਨਾਲੇ ਤੇ ਮਹਾਰਾਜ ਅਨੰਦਪੁਰੀ ਕਦੋਂ ਛੱਡੀ, ਰਾਤ ਨੂੰ ਚੱਕਾ ਚੱਲ ਰਿਹਾ, ਘੰਟਾ ਕੁ ਰਾਤ ਨੂੰ ਬਾਹਰ ਨਿਕਲਿਆ ਕੋਲ 9-10 ਵਜੇ, ਤੁਹਾਨੂੰ ਅਨੰਦਪੁਰ ਦਾ ਸਮਾਂ ਯਾਦ ਆ ਜਾਏਗਾ ਆਪਣੇ। ਸਾਡੇ ਬਜ਼ੁਰਗ ਅਨਪੜ੍ਹ ਜ਼ਰੂਰ ਸੀ, ਪਰ ਆਪਣੇ ਇਤਿਹਾਸ ਨੂੰ ਭੁੱਲਦੇ ਨਹੀਂ ਸੀ। ਇਹਨਾਂ ਦਿਨਾਂ 'ਚ ਸਾਡੇ ਬਜ਼ੁਰਗ ਦਾਦੀਆਂ ਦਾਦੇ ਸਾਡੇ ਥੱਲੇ ਆਸਣ ਲਾ ਕੇ ਰੱਖਦੇ ਸੀ, ਇੱਕ ਹਫ਼ਤਾ ਉਹ ਬੈਡਾਂ 'ਤੇ ਪਲੰਘਾਂ 'ਤੇ ਨਹੀਂ ਸੀ ਪੈਂਦੇ। ਉਹ ਕਹਿੰਦੇ ਸੀ ਸਾਨੂੰ ਠੰਡਾ ਬੁਰਜ ਯਾਦ ਹੈ, ਅੱਜ ਭੁੱਲੇ ਨਹੀਂ ਅਸੀਂ, ਪਰ ਅੱਜ ਅਸੀਂ ਵਿਸਲੇ ਅਹਿਸਾਸ। ਅਸੀਂ ਤਾਂ ਪ੍ਰਚਾਰਕਾਂ 'ਤੇ ਛੱਡ ਰੱਖਿਆ ਕੰਮ, ਪਰ ਪ੍ਰਚਾਰ ਕਰਨਗੇ ਜਿਹੜੇ ਪ੍ਰਚਾਰਕਾਂ ਨੇ। ਇੱਥੇ ਸਾਲ ਮਗਰੋਂ 5 ਦੀਵਾਨ ਲੱਗ ਗਏ ਜਾਂ ਮਹਾਂਪੁਰਸ਼ ਸਮਾਗਮ ਕਰ ਦੇਣਗੇ, ਇਹ ਤਾਂ ਸਾਰਾ ਸਾਲ ਪ੍ਰਚਾਰ ਹੋਏਗਾ, ਤਾਂ ਕੰਮ ਬਣੇ। ਅਨੰਦਪੁਰੀ ਛੱਡ ਕੇ ਚੱਲ ਪਏ, ਦੁਸ਼ਮਣ ਦੀ ਫੌਜ ਪਿੱਛਾ ਕਰ ਰਹੀ ਹੈ, ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ, ਇੱਥੇ ਆ ਕੇ 2 ਵਜੇ ਨਗਾਰਾ ਵੱਜਿਆ। ਪਿਆਰੇ ਭਾਈ ਦਇਆ ਸਿੰਘ ਨੂੰ ਪੁੱਛਿਆ, 2 ਵਜੇ ਜੀ ਮਹਾਰਾਜ ਅੰਮ੍ਰਿਤ ਵੇਲਾ ਹੋ ਗਿਆ। ਸਤਿਗੁਰ ਮਹਾਰਾਜ ਕਹਿੰਦੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ। ਆਪਾਂ ਨੂੰ ਸਮਝਾ ਰਹੇ ਨੇ ਸਿੰਘਾ, ਤੇਰੇ ਜੀਵਨ 'ਚ ਖੁਸ਼ੀਆਂ ਵੀ ਆਉਣਗੀਆਂ ਅਤੇ ਗਮੀਆਂ ਵੀ ਆਉਣਗੀਆਂ। ਕਿਤੇ ਆਪਣਾ ਨਿੱਤ ਕਰਮ ਨਾ ਛੱਡਦੀ, ਇਸ਼ਨਾਨ ਨਾ ਛੱਡਦੀ, ਨਿਤਨੇਮ ਨਾ ਛੱਡਦੀ, ਗੁਰੂ ਘਰ ਜਾਣਾ ਨਾ ਛੱਡਦੀ। ਅੱਜ ਕਾਕੇ ਦਾ ਵਿਆਹ ਸੀ, ਜ਼ਿਆਦਾ ਹੀ ਨੱਚ ਬੈਠਿਆ, ਰਾਤ ਖੁਸ਼ੀ ਮਨਾਈ ਗਈ ਬਹੁਤੀ, ਅਤੇ ਅੱਜ ਨਿਤਨੇਮ ਹੀ ਨਹੀਂ ਹੋਇਆ। ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਹੀ ਨਹੀਂ ਗਏ, ਰਾਤ ਜ਼ਿਆਦਾ ਖੁਸ਼ੀਆਂ ਮਨਾ ਬੈਠੇ, ਅਤੇ ਗਮੀਆਂ ਵੀ ਆਉਣਗੀਆਂ ਤੇਰੇ ਜੀਵਨ, ਜਵਾਨ ਮੌਤਾਂ ਵੀ ਹੋਣਗੀਆਂ, ਕਿਤੇ ਨਿਤਨੇਮ ਨਾ ਛੱਡਦੀ। ਸਾਨੂੰ ਸਮਝਾ ਰਹੇ ਨੇ ਮਹਾਰਾਜ, ਗੁਰੂ ਨੂੰ ਕੀ ਲੋੜ ਹੈ ਆਸਾ ਦੀ ਵਾਰ, ਉਹ ਤਾਂ ਪਰਮੇਸ਼ਰ ਹੈ। ਆਸਾ ਦੀ ਵਾਰ ਦਾ ਕੀਰਤਨ ਸਰਸਾ ਦੇ ਕਿਨਾਰੇ ਦਰਿਆ ਦੇ ਪਾਣੀ ਦੀ ਉੱਤੋਂ ਹਵਾ ਹੋਰ ਠੰਡੀ ਹੋ ਜਾਂਦੀ ਹੈ। ਪਹਿਲੇ ਕਣੀਆਂ 'ਤੇ ਹਵਾ, ਮਹੀਨਾ ਪੋਹਦਾ ਅਤੇ ਸਾਉਣ ਦੀਆਂ ਘਟਾਂ ਕਾਲੀਆਂ ਵਾਂਗ ਫੌਜ ਦੁਸ਼ਮਣ ਦੇ ਉੱਤੇ ਚੜ ਕੇ ਆ ਰਹੀ ਹੈ। ਸਮਾਂ ਕੈਸਾ ਹੈ ਅਤੇ ਆਪਣਾ ਨਿਤ ਕਰਮ, ਆਸਾ ਦੀ ਵਾਰ ਦਾ ਕੀਰਤਨ ਅਜੇ ਸਮਾਪਤੀ ਨਹੀਂ ਹੋਈ। ਘਮਸਾਨ ਦਾ ਜੰਗ, ਇੱਕ ਪਾਸੇ ਜੋੜੀ ਵੱਜਦੀ ਹੈ ਅਤੇ ਇੱਕ ਪਾਸੇ ਡੇਗੇ ਖੜਕਦੇ ਨੇ। ਸਾਡਾ ਜਿਉਂਦਿਆਂ ਦਾ ਇਤਿਹਾਸ ਹੈ, ਪਰ ਅਸੀਂ ਮੁਰਦਿਆਂ ਦੀ ਜ਼ਿੰਦਗੀ ਜਿਉਂ ਰਹੇ ਹਾਂ। ਸਾਹ ਸਾਡਾ ਇਤਿਹਾਸ ਮੁਰਦਿਆਂ 'ਚ ਜਾਣ ਪਾਉਂਦਾ ਹੈ, ਪਰ ਅਸੀਂ ਜ਼ਿੰਦਗੀ ਮੁਰਦਿਆਂ ਲਈ ਜਿਉਂ ਰਹੇ ਹਾਂ। ਲੋਕਾਂ ਦੇ ਮਗਰ ਲੱਗ ਕੇ ਮੌਜ ਮਸਤੀ ਅਮਰ ਛੱਕ ਲਈਏ, ਖਾ ਪੀ ਤਾਂ ਲਈਏ ਪਹਿਲਾਂ। ਜਿਹੜਾ ਬੰਦਾ ਮੂੰਹ 'ਤੇ ਵਿਚਾਰ ਰੱਖਦਾ, ਮੂੰਹ ਰੱਖਦਾ ਸਿਰਫ ਖਾਣ ਪੀਣ ਤੱਕ, ਅਤੇ ਮਹਾਰਾਜ ਕਹਿੰਦੇ ਨਾ ਮੂੰਹ ਰੱਖੇ, ਮੂੰਹ ਰੱਖ ਕੀ ਕਹਿੰਦੇ ਨੇ ਮੂਰਖ, ਤੇਰੇ ਜਿੰਨੇ ਸਰੀਰ 'ਤੇ ਰੋਮ ਨੇ ਨਾ, ਇੰਨੇ ਕੁ ਗੁਰੂਆਂ ਨੇ ਤੇਰੇ 'ਤੇ ਪਾਰ ਪਕਾਰ ਕੀਤੇ ਨੇ। ਰੋਮ ਰੋਮ ਨਾਲ ਜੇ ਤੂੰ ਰਿਣੀ ਹੋਵੇ, ਯਾਦ ਕਰੇ ਤਾਂ ਵੀ ਉਹਨਾਂ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ, ਸਿਰਫ ਉਹਨਾਂ ਦੇ ਸ਼ੁਕਰ ਗੁਜ਼ਾਰੀ ਹੋ ਸਕਦੇ, ਉਹਨਾਂ ਦੇ ਬਣ ਕੇ ਮੁੱਲ ਨਹੀਂ ਦੇ ਸਕਦੇ। ਇੱਥੇ ਸਾਧ ਸਿੰਘ ਜੀ ਸਾਰਾ ਪਰਿਵਾਰ ਮਾਰਦਾ ਵਿਛੜ ਗਿਆ। ਕਲਗੀਧਰ ਪਾਤਸ਼ਾਹ ਵੱਡੇ ਸਾਹਿਬਜ਼ਾਦੇ
ਅਛੱਤੀ ਨਾਲ ਸਿੰਘ 41 ਪਾਰ ਹੋ ਗਏ ਸਰਸਾ ਕੁਝ ਸਿੰਘ ਸਰਸਾ ਦੀ ਭੇਟਾ ਹੋ ਗਏ ਤੇਜ ਪਾਣੀ ਕੁਝ ਜੰਗ ਕਰਕੇ ਸ਼ਹੀਦ ਹੋ ਗਏ ਭਾਈ ਮਨੀ ਸਿੰਘ ਜੀ ਨਾਲ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਇੱਥੋਂ ਦਿੱਲੀ ਨੂੰ ਚਲੇ ਗਏ ਕਿਉਂਕਿ ਭਾਈ ਮਨੀ ਸਿੰਘ ਦਿੱਲੀ ਲੱਖੀ ਸ਼ਾਹ ਦਾ ਜਵਾਈ ਹੈ ਭਾਈ ਮਨੀ ਸਿੰਘ ਉਹਦੇ ਘਰ ਵਿਆਹਿਆ ਹੋਇਆ ਸੀ ਜਿਹਨੇ ਆਪਣੇ ਘਰ ਨੂੰ ਅੱਗ ਲਾ ਕੇ ਨੌਵੇਂ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਕੀਤਾ ਸੀ ਲੱਖੀ ਸ਼ਾਹ ਨੇ ਇਹ ਭਾਈ ਮਨੀ ਸਿੰਘ ਦਾ ਸਹੁਰਾ ਹੈ ਤੇ ਮਾਤਾ ਗੁਜਰ ਕੌਰ ਤੇ ਦੋ ਛੋਟੇ ਸਾਹਿਬਜ਼ਾਦੇ ਪੋਤਰੇ ਇਹ ਆਪਣੇ ਸਾਰੇ ਪਰਿਵਾਰ ਨਾਲ ਉੱਥੋਂ ਵਿਛੜ ਗਏ ਸਾਧ ਸਿੰਘ ਜੀ ਬਜ਼ੁਰਗ ਮਾਵਾਂ ਬੈਠੀਆਂ ਤੇ ਜਿਹੜੀਆਂ ਪੜ੍ਹੀਆਂ ਬੀਬੀਆਂ ਮਾਤਾ ਗੁਜਰ ਕੌਰ ਦਾ ਇਤਿਹਾਸ ਪੜ੍ਹਿਆ ਤੁਹਾਨੂੰ ਫਿਰ ਰਾਤ ਨੂੰ ਕਾਲੇ ਕੱਪੜਿਆਂ ਵਾਲੇ ਨਹੀਂ ਦਿਸਣਗੇ ਤੁਹਾਨੂੰ ਸੱਪ ਨਹੀਂ ਵੱਢ ਵੱਢ ਕੇ ਖਾਣਗੇ ਬੂਹੇ ਨਹੀਂ ਖੜਕਦੇ ਤੁਹਾਡੇ ਤੁਹਾਨੂੰ ਵਾਜਾਂ ਨਹੀਂ ਪੈਣੀਆਂ ਤੁਸੀਂ ਪੜ੍ਹੋ ਆਪਣੀਆਂ ਜਿਉਂਦੀਆਂ ਮਾਵਾਂ ਦਾ ਇਤਿਹਾਸ ਭਾਈ ਲਾਲ ਚੰਦ ਦੀ ਧੀ ਮਾਤਾ ਗੁਜਰੀ 14 ਸਾਲ ਦੀ ਉਮਰ ਚ ਵਿਆਹ ਹੋਇਆ ਨੌਵੇਂ ਪਾਤਸ਼ਾਹ ਨਾਲ ਵਿਆਹ ਨੂੰ 4 ਮਹੀਨੇ ਲੰਘੇ ਤੇ ਕਰਤਾਰਪੁਰ ਦਾ ਜੰਗ ਹੋਇਆ ਕਰਤਾਰਪੁਰ ਦੇ ਬਾਜ਼ਾਰਾਂ ਚ ਕੋਠੇ ਤੇ ਖੜ ਕੇ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੰਗ ਦੇਖ ਰਹੀਆਂ ਨੇ ਮਾਤਾ ਗੁਜਰੀ ਆਪਣੇ ਪਤੀ ਦਾ ਜੰਗ ਦੇਖ ਰਹੀ ਤੇ ਦੁਸ਼ਮਣ ਇੰਨੇ ਬਲ ਨਾਲ ਮਾਰਦਾ ਸ਼ਸਤਰ ਕਿ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ ਜੰਗ ਵਿੱਚ ਕੀ ਪਤਾ ਲੱਗਦਾ ਕਦੋਂ ਕਿੱਧਰ ਨੂੰ ਜੀਵਨ ਮੋੜ ਕੇ ਆ ਜਾਏ ਤੇ ਮਾਤਾ ਦੇ ਮਨ ਚ ਕੀ ਆ ਰਿਹਾ ਮਹੀਨੇ 4 ਲੰਘੇ ਨੇ ਜੇ ਵਿਆਹ ਨੂੰ ਤੇ ਪਤੀ ਜੰਗ ਕਰ ਰਹੇ ਉਹ ਵੀ ਮਾਤਾ ਤੇ ਟਾਈਮ ਲੰਘਿਆ 26 ਸਾਲ 9 ਮਹੀਨੇ 13 ਦੇ ਨੌਵੇਂ ਪਾਤਸ਼ਾਹ ਬਾਬੇ ਬਕਾਲੇ ਦੇ ਭੋਰੇ ਚ ਤਪ ਕਰਦੇ ਰਹੇ ਤੇ ਧੰਨ ਮਾਤਾ ਗੁਜਰੀ ਭੋਰੇ ਦੇ ਅੱਗੇ ਬਹਿ ਕੇ ਬੰਦਗੀ ਕਰਦੀ ਇਹ ਵੀ ਸਮਾਂ ਮਾਤਾ ਤੇ ਗੁਜ਼ਰਿਆ ਫਿਰ ਸਾਧ ਸਿੰਘ ਜੀ ਨੌਵੇਂ ਪਾਤਸ਼ਾਹ ਸ਼ਹੀਦ ਹੋ ਗਏ ਦਿੱਲੀ ਨੂੰ ਤੁਰ ਪਏ ਅਨੰਦਪੁਰ ਸਾਹਿਬ ਤੋਂ ਤਿਲਕ ਜੰਗਲ ਦੀ ਰਾਖੀ ਵਾਸਤੇ ਤੇ ਮਾਤਾ ਨੇ ਹੱਥ ਜੋੜ ਕੇ ਇਹ ਨਹੀਂ ਆਖਿਆ ਤੇਰਾ ਪੁੱਤਰ ਅਜੇ 9 ਸਾਲ ਦਾ ਸੱਚੇ ਪਾਤਸ਼ਾਹ ਤੇ ਤੂੰ ਦਿੱਲੀ ਨੂੰ ਤੁਰ ਪਿਆ ਪਤਾ ਸੀ ਮਹਾਰਾਜ ਸ਼ਹੀਦ ਹੋਣ ਚੱਲੇ ਨੇ ਸਾਹਮਣੇ ਪਤੀ ਤੁਰ ਪਿਆ ਤੇ ਮਾਤਾ ਗੁਜਰੀ ਦੇ ਮਨ ਚ ਕੀ ਆਇਆ ਦੇਖਦੇ ਨੇ ਪੁੱਤਰ 9 ਸਾਲ ਦਾ ਤੇ ਪਤੀ ਦਿੱਲੀ ਸ਼ਹੀਦ ਹੋਣ ਤੁਰ ਪਿਆ ਧੰਨ ਮਾਤਾ ਗੁਜਰ ਕੌਰ ਸ਼ਹੀਦ ਹੋਏ ਭਾਈ ਜੈਤਾ ਸੀਸ ਲੈ ਕੇ ਆਇਆ ਆਪਣੇ ਪੁੱਤਰ ਦੇ ਮੁੱਖ ਤੇ ਹੱਥ ਫੇਰਿਆ ਮਾਤਾ ਨਾਨਕੀ ਨੇ ਤੇ ਕਹਿੰਦੇ ਨੇ ਮੇਰੇ ਪੁੱਤਰ ਦੇ ਚਿਹਰੇ ਦੀ ਆਪਾਂ ਦੁਸ਼ਮਣ ਦੀ ਤਲਵਾਰ ਵੀ ਨਹੀਂ ਘਟਾ ਸਕੀ ਫਿਰ ਧੰਨ ਕਰਕੇ ਤਰ ਪਾਤਸ਼ਾਹ ਨੇ 9 ਸਾਲ ਦੀ ਉਮਰ ਆਪਣੇ ਪਿਤਾ ਦੇ ਸੀਸ ਨੂੰ ਮੱਥਾ ਟੇਕਿਆ ਫਿਰ ਮਾਤਾ ਗੁਜਰੀ ਨੇ ਆਪਣੇ ਪਤੀ ਦੇ ਸੀਸ ਨੂੰ ਮੱਥਾ ਟੇਕ ਕੇ ਆਖਿਆ ਸਿਰਦਿਆ ਸਾਈਆਂ ਤੂੰ ਤਾਂ ਚੰਗੀ ਨਿਭਾ ਗਿਆ ਮੇਰੀ ਵੀ ਚੰਗੀ ਨਿਭ ਜਾਏ ਉਹ ਵੀ ਮਾਤਾ ਗੁਜਰੀ ਤੇ ਘੜੀ ਲੰਘੀ ਉਹ ਵੀ ਟਾਈਮ ਆਇਆ ਜਦੋਂ ਸ਼ਾਹੀ ਮਹੱਲ ਛੱਡ ਕੇ ਰਾਤ ਨੂੰ ਤੁਰਨਾ ਪਿਆ ਉਹ ਵੀ ਘੜੀ ਗੁਜਰੀ ਮਾਤਾ ਤੋਂ ਹੁਣ ਆ ਵੀ ਆ ਗਈ ਕਿ ਅੱਖਾਂ ਦੇ ਸਾਹਮਣੇ ਸਾਰਾ ਪਰਿਵਾਰ ਮਾਤਾ ਦੇ ਵਿਛੜ ਗਿਆ ਨੂੰਹਾਂ ਇੱਕ ਪਾਸੇ ਚਲੀਆਂ ਗਈਆਂ ਪੁੱਤਰ ਤੇ ਪੋਤਰੇ ਇੱਕ ਪਾਸੇ ਤੁਰ ਗਏ ਤੇ ਛੋਟੇ ਲਾਲ ਮਾਤਾ ਗੁਜਰੀ ਨਾਲ ਤੁਰੇ ਜਾਂਦੇ ਕਦੀ ਆਪਣੇ ਅੰਦਰ ਝਾਤੀ ਮਾਰੀ ਕੋਈ ਗੱਲ ਉਹਨਾਂ ਦੀ ਯਾਦ ਹੈ ਆਪਾਂ ਨੂੰ ਕਿੱਥੇ ਖੜੇ ਆਪਾਂ
ਅਸੀਂ ਲੰਗਰ ਲਾਇਆ ਸ਼ਹੀਦੀ ਦਿਹਾੜੇ ਦਾ ਮੂੰਹ ਸਿਰ ਮਨਾ ਕੇ ਲੰਗਰ ਲਾਈ ਫਿਰਦੇ। ਇਹ ਸ਼ਹੀਦਾਂ ਦਾ ਲੰਗਰ ਹੈ, ਇਹ ਮਸਕਰੀਆਂ ਕਰ ਰਹੇ ਹੋ ਤੁਸੀਂ ਸ਼ਹੀਦਾਂ ਦੀ। ਜੇ ਪੁੱਛੀਏ ਲੰਗਰ ਕਾਹਦਾ ਲਾਇਆ, ਇਹ ਜੀ ਸ਼ਹੀਦਾਂ ਦੀ ਯਾਦ ਚ ਲਾਇਆ, ਕਾਹਦੇ ਵਾਸਤੇ ਸ਼ਹੀਦ ਹੋਏ ਸੀ, ਫਿਰ ਜਵਾਬ ਨਹੀਂ ਦਿੰਦੇ, ਪਰਾਂ ਨੂੰ ਤੁਰਦੇ। ਆਹ ਬਾਬੇ ਨੂੰ ਸ਼ਿਕਾਈਆਂ ਗੱਲ ਪਾਉਣੀ, ਬਾਬੇ ਪੁੱਠੀਆਂ ਪੁੱਠੀਆਂ ਗੱਲਾਂ ਕਰਦੇ ਆ, ਇਹਨਾਂ ਨੂੰ ਇਹ ਪੁੱਠੀਆਂ ਲੱਗਦੀਆਂ ਨੇ। ਜੇ ਪੁੱਛੀਏ ਸਾਹਿਬਜ਼ਾਦੇ ਸ਼ਹੀਦ ਕਾਹਦੇ ਵਾਸਤੇ ਹੋਏ ਸੀ, ਸਿੱਖੀ ਵਾਸਤੇ, ਤੇ ਤੁਸੀਂ ਲੰਗਰ ਲਾਇਆ ਸਿੱਖੀ ਛੱਡ ਕੇ, ਕੀ ਦੱਸ ਰਹੇ ਹੋ ਲੋਕਾਂ ਨੂੰ ਲੰਗਰ ਲਾ ਕੇ, ਕੀ ਸੁਨੇਹਾ ਦੇ ਰਹੇ ਹੋ, ਤੁਹਾਡਾ ਮੈਸੇਜ ਕੀ ਜਾ ਰਿਹਾ ਲੋਕਾਂ ਨੂੰ? ਤੁਹਾਡੇ ਪਕੌੜਿਆਂ ਦੇ ਭੁੱਖੇ ਨੇ ਲੋਕ, ਤਿੰਨ ਦਿਨ ਪਕੌੜੇ ਖਾ ਕੇ ਸਾਰੀ ਜ਼ਿੰਦਗੀ ਲੰਘ ਜਾਏਗੀ, ਫਿਰ ਉਹਨਾਂ ਨੇ ਘਰ ਹੀ ਰੋਟੀ ਖਾਣੀ। ਜਿਹੜੀ ਗੱਲ ਦੱਸਣੀ ਸੀ ਲੰਗਰ ਲਾ ਕੇ, ਅਸੀਂ ਉਸ ਕੌਮ ਦੇ ਬੰਦੇ ਹਾਂ, 7 ਸਾਲ ਦੇ ਤੇ 9 ਸਾਲ ਦੇ ਨੀਹਾਂ 'ਚ ਚਲੇ ਜਾਂਦੇ ਆ, ਪਰ ਸਿੱਖੀ ਨਹੀਂ ਕਦੇ ਛੱਡਦੇ। ਦੱਸਣਾ ਤਾਂ ਇਹ ਸੀ, ਹੁਣ ਸਾਡਾ ਲੰਗਰਾਂ 'ਤੇ ਆ ਕੇ ਖੜ ਗਿਆ ਕੰਮ। ਦੱਸ ਇਹ ਸਾਡੇ 'ਤੇ ਲੰਗਰ, ਬ੍ਰੈਡ ਸਾਡੇ ਤਾਂ ਮੁੱਕੇ ਨਹੀਂ, ਸਾਡੇ ਨਹੀਂ ਬ੍ਰੈਡ ਮੁੱਕੇ, ਇਸਦਾ ਫਿਰ ਇੰਨੇ ਕੁ ਬ੍ਰੈਡ ਖਵਾਏ, ਅਤੇ ਅਗਲੇ ਨੂੰ ਪੁੱਛਿਓ ਕਹਿੰਦੇ ਸਾਡੇ ਪਕੌੜੇ ਨਹੀਂ ਮੁੱਕੇ। ਉਦੋਂ ਗਾ ਜਗਲੇ ਵਾਲੇ ਨੂੰ ਪੁੱਛਿਓ ਕਹਿੰਦੇ ਇੱਥੇ ਸਾਡੇ ਕੋਲ ਮਠਿਆਈਆਂ ਦਾ ਲੰਗਰ ਹੀ ਨਹੀਂ ਮੁੱਕਿਆ, ਅਤੇ ਵਾਲ ਕਿਸੇ ਕਿਸੇ ਦੇ ਸਿਰ 'ਤੇ ਜੱਸਾ ਰੁਮਾਲ ਬੰਨੀ ਫਿਰਦੇ ਨੇ, ਅਤੇ ਲੰਗਰ ਲਾਏ ਹੋਏ ਨੇ। ਗੱਲ ਤਾਂ ਉਹ ਦੱਸਣੀ ਸੀ, ਉਹ ਮੰਨਣੀ ਸੀ ਵੀ ਸਿਰ ਲੈ ਜਾਣਗੇ ਪਰ ਸਿੱਖੀ ਨਹੀਂ ਛੱਡੀ ਜਾਏਗੀ, ਅਤੇ ਮਸਕਰੀਆਂ ਕਰੇ ਸ਼ਹੀਦਾਂ ਨੂੰ ਮਕੌਲ ਕਰੇ, ਸਿੱਖੀ ਛੱਡ ਕੇ ਲੰਗਰ ਲਾਣੇ ਨਹੀਂ ਚਾਹੀਦੇ। ਇਹ ਦੱਸਣਾ ਸਿਰ ਲੈ ਸਕਦੇ ਨੇ ਪਰ ਸਿੱਖੀ ਨਹੀਂ ਛੱਡੀ ਜਾ ਸਕਦੀ, ਸਿਧਾਂਤ ਦੱਸਣਾ। ਲੰਗਰ ਲੱਗਣੇ ਚਾਹੀਦੇ ਨੇ ਇਸ ਤੋਂ ਵੀ ਵੱਧ, ਪਰ ਜਿਹਨਕੇ ਦਿਨ ਮਨਾਤੇ ਹੋ ਉਹਨਕੀ ਬਾਤ ਵੀ ਮਾਨੋ, ਉਹ ਸੂਲ ਵੀ ਧਾਰਨ ਕਰਨਾ। ਧੰਨ ਮਾਤਾ ਗੁਜਰੀ ਦੇ ਨਾਲ ਤੁਰੇ ਜਾਂਦੇ ਛੋਟੇ ਸਾਹਿਬਜ਼ਾਦੇ, ਸਵੇਰੇ ਅੰਮ੍ਰਿਤ ਵੇਲੇ ਤੋਂ ਚੱਲੇ ਨੇ। ਇੱਕ ਮਾਂ ਬਿਰਧ ਹੈ, ਦੂਜੇ ਲਾਲ ਮਸਨੂਨ ਨੇ, ਇੱਕ 7 ਸਾਲ ਦਾ, ਇੱਕ 9 ਸਾਲ ਦੇ, ਸਰਸਾ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ। ਸਵੇਰ ਦੇ ਚੱਲੇ ਨੇ, ਸ਼ਾਮ ਆਉਣ ਵਾਲੀ ਹੈ, ਦੋਵੇਂ ਭਰਾ ਵਿੱਚ ਗੱਲਾਂ ਕਰਦੇ ਨੇ। ਅੱਗੇ ਵੱਡੇ ਵੀਰ ਜਦੋਂ ਜੰਗ 'ਤੇ ਜਾਂਦੇ ਸੀ, ਫਤਿਹ ਸਿੰਘ ਕਹਿੰਦਾ ਮੈਨੂੰ ਦੱਸ ਕੇ ਜਾਂਦੇ ਸੀ ਅਤੇ ਮਿਲ ਕੇ ਜਾਂਦੇ ਸੀ, ਅਤੇ ਜਦੋਂ ਜੰਗ ਜਿੱਤ ਕੇ ਆਉਂਦੇ ਸੀ ਵੱਡੇ ਵੀਰ ਬਾਬਾ ਅਜੀਤ ਸਿੰਘ ਪਹਿਲਾਂ ਆ ਕੇ ਮੈਨੂੰ ਚੁੱਕਦੇ ਸੀ, ਪਰ ਹੁਣ ਮੈਂ ਜਦੋਂ ਆਉਣਗੇ ਬੋਲਣਾ ਨਹੀਂ ਮੈਂ ਉਹਨਾਂ ਨਾਲ, ਮੈਂ ਰੁੱਸ ਜਾਣਾ, ਮੈਨੂੰ ਮਨਾਉਣਗੇ ਪਰ ਮੈਂ ਮੰਨਣਾ ਨਹੀਂ। ਜ਼ੋਰਾਵਰ ਸਿੰਘ ਨਾਲ ਗੱਲਾਂ ਕਰਦੇ, ਮਾਤਾ ਸੁਣਦੀ ਹੈ ਅਤੇ ਮਨ 'ਚ ਕਹਿੰਦੀ ਅਦਾਸ ਜੀ ਤੁਸੀਂ ਤਾਂ ਮਿਲਣਾ ਹੀ ਸੱਚਖੰਡ ਹੈ, ਤੁਹਾਡੇ ਤਾਂ ਮਲਾਪ ਇੱਥੇ ਹੁਣ ਹੋਣੇ ਨਹੀਂ। ਸਾਧ ਸੰਜੀ ਸਮਾਂ ਆਪਣੇ ਨਾਲ ਟਾਈਮ ਨਾਲ ਚੱਲੀ ਜਾਂਦਾ ਅਤੇ ਹਨੇਰਾ ਹੋਣ ਲੱਗ ਪਿਆ। ਮਾਤਾ ਸੋਚਦੇ ਦਿਨ ਤਾਂ ਤੁਰ ਕੇ ਲੰਘ ਗਿਆ ਸੀ ਅਤੇ ਰਾਤ ਹੁਣ ਅੱਗੇ ਕਿਵੇਂ ਲੰਘ ਗਈ। ਦੋ ਜੁੱਲੇ ਲੈ ਕੇ ਦਰਵਾਜ਼ੇ ਬੰਦ ਕਰਨ ਵਾਲਿਆ ਸਿੱਖਾ, ਯਾਦ ਕਰਕੇ ਰਾਤ ਨੂੰ ਜ਼ਰੂਰ ਪਿਆ ਕਰ, ਸ਼ਰਾਬ ਪੀ ਕੇ ਨਾ ਵਿਆਹ ਕਰ ਹੁਣ, ਜੇ ਤੂੰ ਸਿੱਖ ਦਾ ਪੁੱਤਰ ਹੈ, ਅਤੇ ਜੇ ਸਿੱਖ ਨਹੀਂ ਤਾਂ ਫਿਰ ਤੇਰੀ ਮਰਜ਼ੀ ਹੈ, ਕੁਛ ਮਰਜ਼ੀ ਕਰਿਆ ਕਰ। ਇਹਨਾਂ ਦਿਨਾਂ ਦੇ ਵਿੱਚ ਤਾਂ ਕੰਧਾਂ ਦੇ ਵਿੱਚ ਵੀ ਆਵਾਜ਼ਾਂ ਆਉਣ ਲੱਗ ਪੈਂਦੀਆਂ ਨੇ, ਤੁਹਾਨੂੰ ਗੁਰੂ ਕੀ ਸਿੱਖੀ, ਤੁਹਾਨੂੰ ਗੁਰੂ ਕੇ ਲਾ। ਸਾਡੇ ਪਤਾ ਨਹੀਂ ਪੱਥਰ ਦਿਲ ਦੇ ਕਿਉਂ ਹੋ ਗਏ, ਸੁਆਓ ਦੀਵਾ ਕੰਮ ਕਰਿਆ, ਦੀਵੇ ਦੀ ਲਾਟ ਦਿਸੀ, ਲਾਈਟ ਦਿਸੀ ਦੂਰੋਂ, ਮਾਤਾ ਇੱਧਰ ਨੂੰ ਤੁਰੇ ਜਾਂਦੇ ਹੈ। ਕਿਸੇ ਗਰੀਬ ਦੀ ਕੁੱਲੀ ਹੈ, ਇੱਕ ਗੁੰਮਾ ਮਾਸ਼ਕੀ ਕਿਨਾਰੇ 'ਤੇ ਬੇੜੀ ਚਲਾਉਂਦਾ ਸੀ, ਸਰਸਾ ਦਰਿਆ ਦੇ ਕਿਨਾਰੇ, ਕੋਈ ਆ ਗਿਆ 2 ਪੈਸੇ ਦੇ ਗਿਆ, ਨਹੀਂ ਤਾਂ ਰੱਬ 'ਤੇ ਭਰੋਸਾ ਰੱਖਦਾ ਸੀ। ਇਹਦੀ ਕੁੱਲੀ ਵੱਲ ਮਾਤਾ ਗਿਆ, ਉਹਨੇ ਪੈਰਾਂ ਦੀ ਪਿੜਕ ਸੁਣੀ, ਉੱਠ ਕੇ ਖੜਾ ਹੋਇਆ, ਕੋਈ ਆ ਰਿਹਾ, ਦੇਖਿਆ ਕਿ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ। ਮਨ ਭਰ ਗਿਆ
ਮੇਰੇ ਘਰ ਆਏ ਨੇ ਪਰ ਕੁੱਲੀ ਅਕੀਰ ਦੀ ਇਹ ਤਾਂ ਮਹਿਲਾਂ 'ਚ ਰਹਿਣ ਵਾਲੀ ਮਾਂ ਜਿਹਦੇ ਦੁਆਲੇ ਸਿੰਘ ਪਹਿਰੇ 'ਤੇ ਖੜ੍ਹੇ ਹੁੰਦੇ ਸੀ ਬੇਨਤੀ ਕੀਤੀ ਮਾਰਾ ਮਾਤਾ ਮੇਰੇ ਕੋਲ ਤਾਂ ਆਹੀ ਆਸਣ ਹੈ ਆਹੀ ਘਰ ਹੈ ਅਤੇ ਹੁਣ ਵਸਤਰ ਵੀ ਕੋਈ ਨਹੀਂ ਪਾਟਾ ਪੁਰਾਣਾ ਕੋਈ ਆਸਣ ਹੈ ਇਹਨੇ ਬਿਠਾਇਆ ਅਤੇ ਨੇੜੇ ਬੀਬੀ ਲਕਸ਼ਮੀ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਅਤੇ ਆਏ ਗਏ ਦੀ ਬੜੀ ਸੇਵਾ ਕਰਦੀ ਸੀ ਧਰਮੀ ਸੀ ਇਹਨੂੰ ਜਾ ਕੇ ਦੱਸਿਆ ਬਿਸਤਰ ਲੈ ਕੇ ਆਈ ਅਤੇ ਪ੍ਰਸ਼ਾਦਾ ਤਿਆਰ ਕਰਕੇ ਲਿਆਈ ਪ੍ਰਸ਼ਾਦ ਛਕਿਆ ਮਾਤਾ ਨੇ ਸਾਹਿਬਜ਼ਾਦਿਆਂ ਨੇ ਆਰਾਮ ਕਰੇ ਨੇ ਕਦੇ ਮਹਿਲਾਂ 'ਚ ਰਹਿਣ ਵਾਲੇ ਨੂੰ ਕੁੱਲੀ ਵੀ ਨਸੀਬ ਨਹੀਂ ਹੁੰਦੀ ਕਦੇ ਕੁੱਲੀ 'ਚ ਵੀ ਟਾਈਮ ਕੱਢਣਾ ਪੈਂਦਾ ਮਾਣ ਨਹੀਂ ਕਰਨਾ ਕਦੀ ਕਿਸੇ ਗੱਲ ਦਾ ਕਦੀ ਕੰਗਾਲ ਰਾਜੇ ਬਣ ਜਾਂਦੇ ਨੇ ਰਾਜੇ ਕਦੇ ਕੰਗਾਲ ਵੀ ਹੋ ਜਾਂਦੇ ਮਾਤਾ ਜੀ ਤਾਂ ਆਰਾਮ ਕਰੇ ਨੇ ਪਰ ਕੁੰਮਾ ਮਾਸਕੀ ਸਾਹਮਣੇ ਦਰਖਤ ਦੀ ਜੜ੍ਹ ਨਾਲ ਬੈਠਾ ਹੈ ਠੱਕਾ ਚੱਲਦਾ ਹੈ ਅੰਗ ਨੀਲੇ ਹੁੰਦੇ ਨੇ ਅਤੇ ਜਾਰ ਜਾਰ ਰੋ ਰਿਹਾ ਕਿ ਧੰਨ ਕਲਗੀਧਰ ਪਾਤਸ਼ਾਹ ਜਿਹਨੇ ਇਸ ਦੇਸ਼ ਦੀ ਅੱਧ ਗੱਤੀ ਦੂਰ ਕਰਨ ਵਾਸਤੇ ਸਭ ਕੁਛ ਨਿਸ਼ਾਨ ਕਰ ਦਿੱਤਾ ਅੱਜ ਮਾਤਾ ਇਸ ਮੇਰੇ ਗਰੀਬ ਦੀ ਕੁੱਲੀ 'ਚ ਰਾਤ ਕੱਟੀ ਘੁੰਮੇ ਅਤੇ ਕੁੰਮਾ ਮਾਸਕੀ ਸਾਰੀ ਰਾਤ ਦਰਖਤ ਦੀ ਜੜ੍ਹ ਨਾਲ ਬੈਠਾ ਰਿਹਾ ਅਤੇ ਕੁੱਲੀ ਵੱਲ ਮੂੰਹ ਕੀਤਾ ਹੋਇਆ ਦਿਲ ਚੜ੍ਹ ਗਿਆ ਮਾਤਾ ਜੀ ਕਹਿੰਦੇ ਘੁੰਮਿਆ ਜਾ ਇਸ ਨਗਰਾਂ 'ਚ ਨੇੜੇ ਪਤਾ ਕਰ ਪੁਲਿਸ ਫੌਜ ਤਾਂ ਨਹੀਂ ਫਿਰਦੀ ਇਹ ਗਿਆ ਕਿ ਗੰਗੂ ਮਿਲ ਪਿਆ ਪੁੱਛਦਾ ਕਿਉਂਕਿ ਬੇੜੀ ਦਾ ਮਲਾਹ ਸੀ ਅਕਸਰ ਲੋਕ ਜਾਣਦੇ ਸੀ ਘੁੰਮਿਆ ਤੂੰ ਕਿਵੇਂ ਇੱਧਰ ਆਇਆ ਕਹਿੰਦਾ ਮੈਂ ਪਤਾ ਕਰਨਾ ਆ ਫੌਜ ਜਾਂ ਪੁਲਿਸ ਤਾਂ ਨਹੀਂ ਨਾ ਪਿੰਡਾਂ 'ਚ ਤੂੰ ਕਿਵੇਂ ਦੇਖਣ ਆਇਆ ਕੁੰਮਾ ਚੁੱਪ ਕਰ ਗਿਆ ਅਤੇ ਗੰਗੂ ਕਹਿੰਦਾ ਮੈਂ ਮਾਤਾ ਅਤੇ ਸਾਹਿਬਜ਼ਾਦਿਆਂ ਨੂੰ ਭਾਲਦਾ ਫਿਰਨਾ ਸਰਸਾ ਤੋਂ ਵਿਛੜ ਗਏ ਨੇ ਮੈਂ ਘਰ ਜਾ ਕੇ ਸੇਵਾ ਕਰਨਾ ਚਾਹੁੰਦਾ ਕੁੰਮਾ ਕਹਿੰਦਾ ਮੇਰੀ ਕੁੱਲੀ ਕੀ ਰਾਤ ਕੱਟੀ ਉਹਨਾਂ ਨੇ ਇੱਥੋਂ ਗੰਗੂ ਆਪਣੇ ਘਰ ਲੈ ਗਿਆ ਇਹਨੇ ਨਿਯਮ ਕਾ ਆਰਾਮ ਕੀਤਾ ਲਾਲਚ ਵਿੱਚ ਆ ਕੇ ਮਾਤਾ ਅਤੇ ਸਾਹਿਬਜ਼ਾਦੇ ਨੂੰ ਇਹਨੇ ਗ੍ਰਿਫਤਾਰ ਕਰਾ ਦਿੱਤਾ ਮਾਇਆ ਦੇ ਕੰਮ ਤਾਂ ਨਾ ਆਈ ਪਰ ਜਿੰਨਾ ਚਿਰ ਦੁਨੀਆਂ ਰਹੇਗੀ ਗੰਗੂ ਬ੍ਰਾਹਮਣ ਨੂੰ ਲੋਕ ਲਾਣਤਾਂ ਧਰਕਾਰਾਂ ਫਿਟਕਾਰਾਂ ਦਿੰਦੇ ਰਹਿਣ ਮਰਿੰਡੇ ਫੜ ਕੇ ਮਾਤਾ ਅਤੇ ਸਾਹਿਬਜ਼ਾਦੇ ਨੇ ਘਰਾਤ ਕਤਵਾਲੀ 'ਚ ਰੱਖਿਆ ਉਹ ਨੇਰ ਕੋਠੜੀ ਜਿੱਥੇ ਕੋਈ ਦੀਵਾ ਨਹੀਂ ਕੋਈ ਉੱਥੇ ਆਵਾਜਾਈ ਨਹੀਂ ਉੱਥੇ ਇੱਕ ਰਾਤ ਕੱਟੀ ਕੋਤਵਾਲੀ 'ਚ ਉਸ ਕੋਤਵਾਲੀ 'ਚ ਅੱਜ ਬਹੁਤ ਵੱਡਾ ਨਿਸ਼ਾਨ ਸਾਹਿਬ ਝੂਲਦਾ ਅਤੇ ਬਾਣੀ ਦੀਆਂ ਗੂੰਜਾਂ ਪੈਂਦੀਆਂ ਜਿਹੜੇ ਥਾਣੇ 'ਚ ਰਾਤ ਕੱਟਤੀ ਉਹ ਥਾਣਾ ਤੀਰਥ ਬਣ ਗਿਆ ਜਿਹੜੀ ਜੇਲ੍ਹ ਵਿੱਚ ਚਰਨ ਪਾ ਤੇ ਗੁਰੂ ਨੇ ਉਹ ਜੇਲ੍ਹ ਬੈਕੁੰਠ ਬਣ ਗਈ ਗਵਾਲੀਅਰ ਦਾ ਕਿਲ੍ਹਾ ਜਿੱਥੇ 52 ਰਾਜੇ ਹਾਏ ਹਾਏ ਕਰਕੇ ਟਾਈਮ ਗੁਜ਼ਾਰਦੇ ਸੀ ਉੱਥੇ ਅੱਜ ਬਾਣੀ ਦੀਆਂ ਗੂੰਜਾਂ ਪੈਂਦੀਆਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਲਤਾਨ ਸੁਹਾਵਾ ਨਾਮ ਰਾਜ ਇੱਥੋਂ ਫਿਰ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਨੂੰ ਸਰੰਦ ਲਿਆਂਦਾ ਗਿਆ ਵਜ਼ੀਰ ਖਾਂ ਖਫਾ ਹੋਇਆ ਹੋਇਆ ਕਿ 10 ਲੱਖ ਫੌਜ ਦੇ ਘੇਰੇ ਵਿੱਚੋਂ 3 ਸਿੰਘ ਲੈ ਕੇ ਆਪ ਕਲਗੀਧਰ ਪਾਤਸ਼ਾਹ ਗੜੀ ਚਮਕੌਰ ਜੋਗੇ ਚਲੇ ਗਏ ਚੜ੍ਹਦੀ ਕਲਾ 'ਚ ਬੜੀ ਨਮੋਸ਼ੀ ਦਾ ਮੂੰਹ ਦੇਖਿਆ ਅਤੇ ਬੜਾ ਦੁਖੀ ਹੈ ਜਦੋਂ ਇਹਨੂੰ ਖਬਰ ਮਿਲੀ ਮਾਤਾ ਅਤੇ ਸਾਹਿਬਜ਼ਾਦੇ ਗ੍ਰਿਫਤਾਰ ਹੋਏ ਨੇ ਖੁਸ਼ ਹੋਇਆ ਉਹ ਕਿੱਡਾ ਕੁ ਦਿਲ ਪੱਥਰ ਹੋਣਾ 10ਵੇਂ ਪਾਤਸ਼ਾਹ ਦਾ ਪੁੱਤਰ ਸਾਡੇ ਸਾਹਮਣੇ 2 ਸ਼ਹੀਦ ਹੋ ਗਏ ਨੇ ਅਤੇ 2 ਸਾਡੇ ਕੋਲ ਗ੍ਰਿਫਤਾਰ ਹੋ ਗਏ ਨੇ ਹੁਣ ਪੁੱਤਰਾਂ ਦੇ ਮੂੰਹ 'ਚ ਕਲਗੀਧਰ ਪਾਤਸ਼ਾਹ ਆਪ ਵੀ ਇੱਥੇ ਆਏ ਉਹਦੀ ਖਿਆਲ ਸੀ ਸਰ ਸਿੰਘ ਜੀ ਪਹਿਲੇ ਦਿਨ ਤੋਂ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਪਹਿਲਾ ਜ਼ੁਲਮ ਇਹ ਸੀ ਕਿ ਮਾਤਾ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਥੰਮਾਂ 'ਤੇ ਬਣਿਆ
ਚਾਸ ਪੇਜੋ ਹਵਾ ਪੈਂਦੀ ਹੈ ਕੋਈ ਬਿਸਤਰਾ ਨਹੀਂ ਦਿੱਤਾ ਕੋਈ ਬਸਤਰਾ ਨਹੀਂ ਦਿੱਤਾ ਹੈ ਪਹਿਲਾ ਤਸੀਆ ਤੇ ਦੂਜਾ ਇਹ ਇਹਨਾਂ ਨੂੰ ਖਾਣ ਪੀਣ ਵਾਸਤੇ ਕੁਛ ਨਹੀਂ ਦੇਣਾ ਕੋਈ ਵਸਤੂ ਇਹਨਾਂ ਨੂੰ ਦੇਣੀ ਨਹੀਂ ਭੁੱਖੇ ਭਾਣੇ ਰੱਖਿਆ ਗਿਆ ਇਸੇ ਕਰਕੇ ਸਾਡੇ ਬਜ਼ੁਰਗ ਇਹਨਾਂ ਦਿਨਾਂ ਵਿੱਚ ਕੋਈ ਮਿੱਟੀ ਦੀ ਘਰ ਚ ਨਹੀਂ ਸੀ ਬਣਾਉਂਦੇ ਹੁੰਦੇ ਇਹ ਪੇਟ ਦੀ ਅੱਗ ਤਾਂ ਬੁਝਾਉਣੀ ਹੈ ਸਭ ਨੇ ਪਰ ਉੱਕਾ ਮਿੱਸਾ ਖਾਂਦੇ ਸੀ ਕਿ ਮਾਂ ਸਾਡੀ ਠੰਡੇ ਗੁਰ 'ਚ ਬੈਠੀ ਸੀ ਅਤੇ ਅੱਜ ਸਿੱਖ ਭੰਗੜੇ ਪਾ ਰਹੇ ਨੇ ਵਿਆਹਾਂ ਦੇ ਵਿੱਚ ਨਾਚ ਹੋ ਰਹੇ ਨੇ ਮਠਿਆਈਆਂ ਖਾ ਰਹੇ ਕਿੰਨੇ ਕੁ ਆਪਾਂ ਬੁਝਦਿਲ ਹੋ ਗਏ ਕਿੰਨੇ ਕੁ ਆਪਣੇ ਧਰਮ ਤੋਂ ਦੂਰ ਕਰੇ ਇਹ ਖੁਸ਼ੀਆਂ ਕਿੰਨਾ ਕੁ ਦਿਨ ਰਹਿਣਗੀਆਂ ਸਾਧ ਸੰਗਤ ਕੁਛ ਛਕਣ ਵਾਸਤੇ ਨਹੀਂ ਦਿੱਤਾ ਤਿੰਨ ਦਿਨ ਇਹ ਜਿਹੜਾ ਮੋਤੀ ਮਹਿਲ ਹੈ ਕਿਲ੍ਹੇ ਦੇ ਵਿੱਚ ਨੌਕਰੀ ਕਰਦਾ ਹੈ ਇਹਦੀ ਡਿਊਟੀ ਜਿਹੜੇ ਸਿੱਖ ਅਤੇ ਹਿੰਦੂ ਫੜੇ ਜਾਂਦੇ ਸੀ ਉਹਨਾਂ ਨੂੰ ਲੰਗਰ ਪਾਣੀ ਜੇਲ੍ਹ 'ਚ ਛਕਾਉਂਦਾ ਹੁੰਦਾ ਸੀ ਇਹਦੀ ਇਹ ਡਿਊਟੀ ਸੀ ਅਤੇ ਮੋਤੀ ਮਹਿਰੇ ਨੂੰ ਪਤਾ ਲੱਗਿਆ ਅਤੇ ਜਿਹਦੀ ਡਿਊਟੀ ਸੀ ਠੰਡੇ ਬੁਰਜ ਦੇ ਆਲੇ ਦੁਆਲੇ ਉਹਨੂੰ ਆਖਿਆ ਕਿ ਮਾਤਾ ਅਤੇ ਸਾਹਿਬਜ਼ਾਦਿਆਂ ਨੂੰ ਲੰਗਰ ਪਾਣੀ ਕਹਿੰਦਾ ਸਖ਼ਤ ਹੁਕਮ ਹੈ ਕੁਛ ਛਕਾਉਣਾ ਨਹੀਂ ਹੈ ਸਾਧ ਸਿੰਘ ਜੀ ਆਪਣੇ ਘਰਵਾਲੀ ਦੇ ਜਿੰਨੇ ਗਹਿਣੇ ਸੀ ਨਾ ਮੋਤੀ ਮਹਿਰੇ ਕੋਲ ਭਾਈ ਮੋਤੀ ਮਹਿਰੇ ਕੋਲ ਜਿਹਦੀ ਜੋਗੀ ਸੀ ਉਹਨੂੰ ਦਿੱਤੇ ਕਹਿੰਦਾ ਕਿ ਉਹਨੂੰ ਸੇਵਾ ਕਰ ਲੈਂਦੇ ਅਤੇ ਜਿੰਨੇ ਦੇ ਰਹਿ ਗਏ ਅਤੇ ਮੈਂ ਇਕੱਠੀ ਸੇਵਾ ਦੇ ਦਿੱਤੀ ਹੈ ਇੱਕ ਦੁੱਧ ਦੀ ਗੜਵੀ ਲੈ ਕੇ ਆਉਂਦਾ ਸੀ ਮੋਤੀ ਮਹਿਰਾ ਮਾਤਾ ਅਤੇ ਸਾਹਿਬਜ਼ਾਦੇ ਨੂੰ ਤਿੰਨ ਦਿਨ ਛਕਾਏ ਨੇ ਬਸ ਕਚਹਿਰੀ ਲੱਗੀ ਸੂਬੇ ਦੀ ਸਾਹਿਬਜ਼ਾਦਿਆਂ ਨੂੰ ਬੁਲਾਇਆ ਛਪਾਈ ਲੈਣ ਵਾਸਤੇ ਆਏ ਤੇਰੀ ਤਿਆਰੀ ਕਰਕੇ ਛਪਾਈਆਂ ਨਾਲ ਸਾਹਿਬਜ਼ਾਦਿਆਂ ਨੂੰ ਭੇਜਿਆ ਜਾ ਕੇ ਕਚਹਿਰੀ 'ਚ ਜਕਾਰਾ ਛੱਡਿਆ ਪਹਿਲਾ ਦਿਨ ਸੀ ਵਜ਼ੀਰ ਖਾਨ ਨੇ ਨਰਮਾਈ ਵਰਤੀ ਵਜ਼ੀਰ ਖਾਨ ਕਹਿੰਦਾ ਤੁਸੀਂ ਬੜੇ ਸੋਹਣੇ ਹੋ ਤੁਹਾਡੀਆਂ ਬੜੀਆਂ ਮਨਮੋਹਣੀਆਂ ਮੂਰਤਾਂ ਨੇ ਤੁਸੀਂ ਇੱਕ ਗੱਲ ਜੇ ਮੰਨ ਲਓ ਸਲਾਮ ਕਰੋ ਅਤੇ ਕਲਾਮ ਪੜ੍ਹੋ ਤੁਹਾਨੂੰ ਪਿਸ਼ਤਾਂ ਵਰਗੇ ਸੁੱਖ ਦਿੱਤੇ ਜਾ ਸਕਦੇ ਪਹਿਲੇ ਦਿਨ ਦਿਨ ਬਾਬਾ ਜ਼ੋਰਾਵਰ ਸਿੰਘ ਸਵਾਲ ਜਵਾਬ ਕਰਦਾ ਰਿਹਾ ਬਾਬਾ ਜ਼ੋਰਾਵਰ ਸਿੰਘ ਕਹਿੰਦਾ ਵਜ਼ੀਰ ਖਾਂ ਆਪਣੇ ਜੋੜੇ ਦੀ ਨੋਕ ਵੱਲ ਇਸ਼ਾਰਾ ਕਰਕੇ ਕਹਿੰਦੇ ਦੁਨੀਆਂ ਦੇ ਸੁੱਖ ਅਸੀਂ ਜੁੱਤੀ ਦੀ ਨੋਕ ਦੇ ਬਰਾਬਰ ਸਮਝਦੇ ਹਾਂ ਸਿੱਖੀ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ ਸਿੱਖੀ ਨਹੀਂ ਛੱਡੀ ਜਾ ਸਕਦੀ ਪ੍ਰਾਣ ਤਿਆਗੇ ਜਾ ਸਕਦੇ ਬੜੇ ਲਾਲਚ ਦਿੱਤੇ ਬੜਾ ਸਮਝਾਇਆ ਨਹੀਂ ਮੰਨੇ ਸਾਹਿਬਜ਼ਾਦੇ ਸ਼ਾਮ ਨੂੰ ਮਾਤਾ ਕੋਲ ਆ ਗਏ ਸਾਰੀ ਰਾਤ ਪੰਜਵੇਂ ਪਾਤਸ਼ਾਹ ਦੀ ਸਿੱਧੀ ਛੇਵੇਂ ਪਾਤਸ਼ਾਹ ਦੇ ਜੰਗ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਮਾਤਾ ਸਾਹਿਬਜ਼ਾਦਿਆਂ ਨੂੰ ਸੁਣਾਉਂਦੀ ਗਈ ਅਤੇ ਆਪਣੀ ਛਾਤੀ ਦਾ ਨਿੱਘ ਦੇ ਕੇ ਛਾਤੀ ਨਾਲ ਲਾ ਲਾ ਕੇ ਗੋਹ ਦੀ ਸਰਦੀ ਕੋਈ ਬਿਸਤਰਾ ਨਹੀਂ ਠੰਡਾ ਫਰਸ਼ ਕੋਈ ਬਿਸਤਰਾ ਨਹੀਂ ਗੋ ਦੂਜਾ ਦਿਨ ਚੜਿਆ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਸਿਪਾਹੀ ਆਏ ਗਾਤਰੇ ਪਾਏ ਕਲਗੀਆਂ ਲਾਈਆਂ ਬਾਣੇ ਤਿਆਰ ਪਰ ਤਿਆਰ ਕਰਕੇ ਮਾਤਾ ਨੂੰ ਨਮਸਕਾਰ ਕਰਕੇ ਤੁਰ ਪਏ ਅੱਗੇ ਜਿਹੜੀ ਕਚਹਿਰੀ ਦਾ ਦਰਵਾਜ਼ਾ ਸੀ ਬੰਦ ਹੈ ਅਤੇ ਖਿੜਕੀ ਖੁੱਲ੍ਹੀ ਹੈ ਚਾਲ ਸੀ ਉਹਦੇ ਅਹਿਲਕਾਰਾਂ ਦੀ ਜਦੋਂ ਸਾਹਿਬਜ਼ਾਦੇ ਝੁੱਕ ਕੇ ਤਾਕੀ ਦੇ ਵਿੱਚ ਲੰਘਾ ਕਿਤੇ ਅਸੀਂ ਆਖਾਂਗੇ ਵਜ਼ੀਰ ਖਾਂ ਨਵਾਬ ਸਾਹਿਬ ਉਹ ਸਾਹਿਬਜ਼ਾਦੇ ਤੁਹਾਨੂੰ ਸਲਾਮ ਕਰ ਰਹੇ ਝੁੱਕ ਕੇ ਅਤੇ ਬਾਬਾ ਫਤਿਹ ਸਿੰਘ ਕਹਿੰਦਾ ਜ਼ੋਰਾਵਰ ਸਿੰਘ ਤੈਨੂੰ ਪਤਾ ਤਾਕੀ ਕਿਉਂ ਖੁੱਲ੍ਹੀ ਹੈ ਦਰਵਾਜ਼ਾ ਕਿਉਂ ਬੰਦ ਹੈ ਇਹਨਾਂ ਦਾ ਖਿਆਲ ਹੈ ਗੁਰੂ ਦੇ ਲਾਲ ਝੁੱਕ ਕੇ ਲੰਘਣਗੇ ਅਤੇ ਵਜ਼ੀਰ ਖਾਂ ਸਮਝੇਗਾ ਮੈਨੂੰ ਸਲਾਮ ਦਿੰਦੀ ਹੈ ਆਪਾਂ ਸਿਰ ਨਹੀਂ ਅੰਦਰ ਲੰਘਾਉਣੇ ਪਹਿਲਾਂ ਆਪਣੇ ਜੋੜੇ ਅੰਦਰ ਲੰਘਾਉਣੇ ਚਾਲ ਮੈਨੂੰ ਜੁੱਤੀ ਲਗਾਉਣੀ ਬੜੇ ਔਖੇ ਹੋ ਕੇ ਲੰਘੇ ਸਾਹ ਸਾਹੀ ਜਾ ਕੇ ਜਕਾਰਾ ਛੱਡਿਆ ਕਚਹਿਰੀ ਗੂੰਜ ਗਈ ਵਜ਼ੀਰ ਖਾਂ ਕਹਿੰਦਾ ਇੱਕ ਅਨੰਦਪੁਰ ਸਾਹਿਬ ਦਾ ਕਿਲ੍ਹਾ ਨਹੀਂ ਜਿੱਥੇ ਜਕਾਰੇ ਛੱਡਦੇ ਹੋ ਇਹ ਮੁਗਲ ਸਮਰਾਟ
ਅਜੀਬ ਥਾਂ ਦੀ ਕਚਹਿਰੀ ਇੱਥੇ ਸਲਾਮਾਂ ਕਰਨੀਆਂ ਪੈਣਗੀਆਂ ਕਲਾਮਾਂ ਪੜ੍ਹਨੀਆਂ ਪੈਣਗੀਆਂ ਤੇ ਬਾਬਾ ਫਤਿਹ ਸਿੰਘ ਬੋਲਦਾ ਵਜ਼ੀਰ ਖਾਂ ਹਾਲਾਤ ਟੁੱਟ ਜਾਂਦਾ ਹੁੰਦਾ ਹੈ ਕਦੇ ਖੁੰਡਾ ਨਹੀਂ ਹੁੰਦਾ ਆਉਂਦਾ ਇਹ ਸਿਰ ਕੱਟੇ ਜਾ ਸਕਦੇ ਨੇ ਕਿਸੇ ਜ਼ੁਲਮ ਦੇ ਅੱਗੇ ਜ਼ਾਲਮ ਦੇ ਅੱਗੇ ਝੁੱਕ ਨਹੀਂ ਸਕਦੇ ਸਤਿ ਸ੍ਰੀ ਜੀ ਫਿਰ ਇਹਨਾਂ ਸਾਹਿਬਜ਼ਾਦਿਆਂ ਦੇ ਪੈਰਾਂ ਨੂੰ ਸੰਗਲ ਪਾ ਕੇ ਖੂਹ ਚ ਲਮਕਾਇਆ ਗਿਆ ਕੱਲੇ ਸ਼ਹੀਦ ਨਹੀਂ ਕਰ ਦਿੱਤੇ ਨੀਹਾਂ ਚ ਡਰਾ ਰਹੇ ਨੇ ਡਰ ਕੇ ਸਿੱਖੀ ਛੱਡ ਦੇਣਗੇ ਫਿਰ ਸਾਹਿਬਜ਼ਾਦਿਆਂ ਨੂੰ ਪਿੱਪਲ ਨਾਲ ਪੀਸ਼ਣ ਬਾਹਾਂ ਕਰਕੇ ਬੰਨ ਲਿਆ ਬਾਣੇ ਲਾਹ ਦਿੱਤੇ ਸਰੀਰ ਤੋਂ ਤੂਰ ਦੀਆਂ ਛੱਡੀਆਂ ਲੈ ਕੇ ਉਹਨਾਂ ਦੇ ਕੋਮਲ ਸਰੀਰ 'ਤੇ ਮਾਰਦੇ ਛੱਡੀਆਂ ਠੰਡ ਦੇ ਵਿੱਚ ਕਿਤੇ ਥੋੜ੍ਹੀ ਜਿਹੀ ਗਲੀ ਲੱਗੇ ਬੜੀ ਸੱਟ ਲੱਗਦੀ ਹੈ ਅਤੇ ਛਮਕਾਂ ਮਾਰ ਮਾਰ ਕੇ ਸਾਹਿਬਜ਼ਾਦਿਆਂ ਦੇ ਸਰੀਰ ਨੀਲੇ ਨੀਲੇ ਕਰ ਦਿੱਤੇ ਇਹਨਾਂ ਅਤੇ ਕਹਿੰਦੇ ਨੇ ਸਿੱਖੀ ਛੱਡੋਗੇ ਕਲਾਮ ਪੜ੍ਹੋਗੇ ਬਾਬਾ ਫਤਿਹ ਸਿੰਘ ਕਹਿੰਦਾ ਟੁਕੜੇ ਟੁਕੜੇ ਸਰੀਰ ਹੋ ਜਾਏਗਾ ਪਰ ਸਿੱਖੀ ਛੱਡਣ ਦਾ ਨਾਂ ਤੱਕ ਹੀ ਲੈਣਾ ਸੋਚ ਵੀ ਨਹੀਂ ਸਕਦੇ ਈਸ਼ਾ ਨੂੰ ਬਾਹਾਂ ਬੰਨੀਆਂ ਪਿੱਪਾ ਨਾਲ ਸਾਹਿਬਜ਼ਾਦਿਆਂ ਦੀਆਂ ਇਹ ਮੌਜੂਦਾ ਲਿਖਾਰੀ ਹੈ ਜਿਹੜਾ ਸਮੇਂ ਦਾ ਲਿਖਾਰੀ ਜਿਹਦੀ ਡਿਊਟੀ ਕਲਗੀਧਰ ਪਾਤਸ਼ਾਹ ਨੇ ਲਾਈ ਸੀ ਦੂਨਾ ਸਿਆਂ ਦੂਨਾ ਸਿੰਘ ਅਡੂਰੀਆ ਇਹ ਮੌਕੇ ਦਾ ਲਿਖਾਰੀ ਹੈ ਤੂੰ ਖਾਲਸੇ ਦਾਲ ਪੰਥ ਦੇ ਆਲੇ ਦੁਆਲੇ ਨੇੜੇ ਨੇੜੇ ਰਹਿਣਾ ਭੇਸ ਬਦਲ ਕੇ ਰਹਿਣਾ ਅਤੇ ਉਸ ਸਮੇਂ ਦੇ ਸਾਰੇ ਹਾਲਾਤ ਲਿਖਦੇ ਰਹਿਣਾ ਇਹ ਦੂਨਾ ਸਿੰਘ ਅਡੂਰੀ ਨੇ ਲਿਖਿਆ ਸਾਹਿਬਜ਼ਾਦਿਆਂ ਦੀ ਸਾਰੀ ਜੀਵਨੀ ਜਿਹੜੀ ਉਹਨੇ ਅੱਖੀ ਦੇਖੀ ਕੰਨੀ ਸੁਣੀ ਉਹ ਸਮੇਂ ਦੀ ਮਗਰ ਉਹ ਤਾਂ ਬਹੁਤ ਕੁਛ ਲਿਖਿਆ ਸਾਹਿਬਜ਼ਾਦਿਆਂ ਬਾਰੇ ਉਹ ਕਹਿੰਦਾ ਪਿੱਪਲ ਨਾਲ ਬੰਨੀਆਂ ਨੇ ਪਿਛਾ ਨੂੰ ਬਾਹਾਂ ਅਤੇ ਛੱਟੀਆਂ ਲੈ ਕੇ ਤੁਰਦੀਆਂ ਉਹਨਾਂ ਦੇ ਕੋਮਲ ਸਰੀਰ 'ਤੇ ਜਾਲ ਮਾਰਦੇ ਨੇ ਸਰੀਰ ਨੀਲੇ ਹੋ ਗਏ ਅਤੇ ਜਦੋਂ ਕਿਹਾ ਇਸਲਾਮ ਕਬੂਲ ਬਾਬਾ ਫਤਿਹ ਸਿੰਘ ਕਹਿੰਦੇ ਕਿ ਖੂਨ ਰਗਾਂ ਵਿੱਚ ਦਸਵੇਂ ਪਾਤਸ਼ਾਹ ਦਾ ਸਾਡੇ ਅੰਦਰ ਚੱਲ ਰਿਹਾ ਇਹ ਟੁਕੜੇ ਸਰੀਰ ਹੋ ਸਕਦਾ ਸਿੱਖੀ ਨਹੀਂ ਛੱਡ ਸਕਦਾ ਦੂਨਾ ਸਿੰਘ ਲਿਖਦਾ ਫਿਰ ਉਹਨਾਂ ਦੇ ਸਰੀਰ 'ਤੇ ਗਲੇਲੇ ਮਾਰਦੇ ਆ ਪੱਥਰ ਦੇ ਰੋਲ ਮਾਰਦੇ ਆ ਗਲੇਲਾ 'ਚ ਪਾ ਪਾ ਇੱਕ ਰੋਲ ਬਾਬਾ ਫਤਿਹ ਸਿੰਘ ਦੀ ਅੱਖ 'ਚ ਲੱਗਿਆ ਅੱਖ 'ਚ ਖੂਨ ਵਗ ਰਿਹਾ ਇੱਕ ਅਹਿਲਕਾਰ ਕਹਿੰਦਾ ਵਜ਼ੀਰ ਖਾਂ ਦਾ ਜਿਵੇਂ ਹਾ ਦਾ ਨਾਰਾ ਮਾਰਿਆ ਸੀ ਦਲੇਰ ਕੋਟਲੇ ਦੇ ਨਵਾਬ ਨੇ ਇਹ ਕੁਰਾਨ ਤੋਂ ਉਲਟ ਹੈ ਕੁਰਾਨ ਵਿੱਚ ਬੱਚਿਆਂ ਨੂੰ ਸਜ਼ਾ ਦੇਣੀ ਕਿਤੇ ਲਿਖੀ ਨਹੀਂ ਹੋਈ ਤੁਸੀਂ ਖੁਦਾ ਦੇ ਦਰ 'ਤੇ ਜਵਾਬਦੇਹ ਹੋਵੋਗੇ ਇਹ ਜ਼ੁਲਮ ਹੈ ਪਾਪ ਹੈ ਛੱਡ ਦੇਣਾ ਚਾਹੀਦਾ ਸਾਹਿਬਜ਼ਾਦਿਆਂ ਨੂੰ ਇਹ ਕਹਿੰਦਾ ਕਹਿੰਦਾ ਕਚਹਿਰੀ 'ਚੋਂ ਬਾਹਰ ਨਿਕਲ ਗਿਆ ਸੀ ਸ਼ੇਰ ਖਾਂ ਭਾਵੇਂ ਛਡਾਇਆ ਤਾਂ ਨਹੀਂ ਉਹਨੇ ਸਾਹਿਬਜ਼ਾਦਿਆਂ ਨੂੰ ਪਰ ਹਾ ਦਾ ਨਾਰਾ ਮਾਰ ਗਿਆ ਸੱਚ ਕਹਿਣ ਵਾਲੇ ਬੰਦੇ ਸੱਚ ਕਹਿ ਦਿੰਦੇ ਨੇ ਮੌਕੇ 'ਤੇ ਭਾਵੇਂ ਕੋਈ ਸੁਣੇ ਕੋਈ ਨਾ ਸੁਣੇ ਉਹਦੀਆਂ ਦੋ ਗੱਲਾਂ ਦਾ ਮੁੱਲ ਸਮਾਂ ਹੈ ਅਤੇ ਫਿਰ ਪੈਂਦਾ ਜ਼ਰੂਰ ਹੁੰਦਾ ਸੱਚ ਕਹਿਣਾ ਬੜਾ ਔਖਾ ਹੈ ਸੱਚ ਸੁਣਨਾ ਉਹ ਤੋਂ ਵੀ ਔਖਾ ਹੈ ਸੱਚ 'ਤੇ ਚੱਲਣਾ ਉਸ ਤੋਂ ਵੀ ਜ਼ਿਆਦਾ ਔਖਾ ਹੈ ਸੱਚ ਉਹ ਕਹਿੰਦਾ ਇਹ ਨਹੀਂ ਮੰਨਣਗੇ ਜਿਹੜੀ ਤੁਸੀਂ ਬਾਹਰ ਜਾਣਦੀ ਲਾਉਣੀ ਲਾ ਚੁੱਕੇ ਹੋ ਇਹ ਸਾਹਿਬਜ਼ਾਦੇ ਨਹੀਂ ਮੰਨਣ ਸਾਹਿਬਜ਼ਾਦਿਆਂ ਦੀਆਂ ਬਾਹਾਂ ਖੋਹ ਦਿੱਤੀਆਂ ਅਤੇ ਬਾਬਾ ਫਤਿਹ ਸਿੰਘ ਆਪਣੀਆਂ ਅੱਖਾਂ ਮਲ ਰਹੇ ਨੇ ਖੂਨ ਵਗਦਾ ਕਿਤੇ ਵਾਲ ਪੈ ਜਾਏ ਆਪਣੀ ਅੱਖ ਦੇ ਅਤੇ ਆਪਣਾ ਜੋ ਬਰਦਾਸ਼ਤ ਨਹੀਂ ਹੁੰਦਾ ਰੋਡ ਵੱਜਿਆ ਹੋਇਆ ਅੱਖ ਦੇ ਵਿੱਚ ਅਤੇ ਫਿਰ ਗਾਜ਼ੀਪੁਰ ਦਾ ਸਲਾਮ ਕਬੂਲ ਸਿੱਖੀ ਛੱਡੇਗਾ ਅਤੇ ਬਾਬਾ ਫਤਿਹ ਸਿੰਘ ਅੱਖ ਮਲਦਾ ਨਾਲੇ ਸਿਰ ਲਾ ਕੇ ਕਹਿੰਦਾ ਨਹੀਂ ਸਿੱਖੀ ਨਹੀਂ ਛੱਡੀ ਜਾ ਸਕਦੀ ਸਾਧ ਸਿੰਘ ਜਦੋਂ ਹਾਰ ਗਏ ਵਜ਼ੀਰ ਖਾਂ ਫਿਰ ਉਹਨੇ ਆਖਿਆ ਇਹਨਾਂ ਜਿਉਂਦਿਆਂ ਨੂੰ ਕੰਧ 'ਚ ਖੜਾ ਕੇ ਚਿਣ ਕੇ ਸ਼ਹੀਦ ਕਰ ਦਿਓ ਰਾਜ ਮਿਸਤਰੀ ਆ ਗਏ ਇੱਟਾਂ ਗਾਰਾ ਆ ਗਿਆ ਹੁਣ ਸਾਹਿਬਜ਼ਾਦੇ ਨੂੰ ਖੜਾ ਕੇ ਮਿਸਤਰੀ ਠੋਕ ਠੋਕ ਕੇ ਇੱਟਾਂ ਲਾ ਰਿਹਾ
ਦਰਦ ਮਨਾਉਣ ਵਾਸਤੇ ਕਿ ਕੋਮਲ ਸਰੀਰ ਕੰਧਾਂ ਦੇ ਵਿੱਚ ਪੁੱਟੇ ਜਾਂਦੇ ਆ ਮਾਈਆਂ ਕੋਲ ਬੱਚੇ ਨੇ ਇੰਨੇ ਕੁ ਕੱਪੜੇ ਪਾ ਕੇ ਲਾਈਆਂ ਕਿ ਹਵਾ ਲੱਗ ਜਾਏ ਕਾਕਾ ਯਾਦ ਨਹੀਂ ਠੰਡਾ ਬੋਲੀ ਤੁਹਾਨੂੰ ਬਸ ਇਹਨਾਂ ਦੇ ਕੰਨ 'ਚ ਇਹੀ ਆਵਾਜ਼ ਪਾਇਆ ਕਰੋ ਸਮਝੋ ਇਹੀ ਇੰਨੇ ਕੁ ਬੜਾ ਗੁਰਦੁਆਰੇ ਜਾਣਾ ਹਵਾ ਲੱਗ ਜਾਣੀ ਕਾਕੇ ਨੂੰ ਅਤੇ ਯਾਦ ਮਨਾ ਰਹੇ ਨੇ ਉਹਨਾਂ ਦੀਆਂ ਠੋਕ ਠੋਕ ਕੇ ਇੰਨਾ ਰਾਜ ਮਿਸਤਰੀ ਲਾ ਰਹੇ ਨੇ ਅਤੇ ਕੋਮਲ ਸਰੀਰ ਫਿਸਦੇ ਨੇ ਕੰਧਾਂ ਦੇ ਗੋਡੇ ਤੱਕ ਕੰਧ ਆਈ ਚੱਪਣੀ ਉੱਚੀ ਹੈ ਗੋਡੇ ਦੀ ਅਤੇ ਉੱਥੋਂ ਮਿਸਤਰੀ ਝਕੜਨ ਲੱਗਾ ਦੇਸੀ ਲੈ ਬਾਬਾ ਫਤਿਹ ਸਿੰਘ ਕਹਿੰਦਾ ਮਿਸਤਰੀ ਜੀ ਜੇ ਤੇਰੀ ਇੱਟ ਸਿੱਧੀ ਨਹੀਂ ਲੱਗਦੀ ਬਿਨਾਂ ਸ਼ੱਕ ਮੇਰੇ ਗੋਡੇ ਦੀ ਚੱਪਣੀ ਘੜ ਦੇ ਲਾਹ ਦੇ ਗੋਡੇ ਦੇ ਨਾਲ ਉਹ ਚੱਪਣੀ ਪਰ ਇਸ ਇੱਟ ਨੂੰ ਇਸ ਕੰਧ ਨੂੰ ਇੱਟ ਟੁੱਟੀ ਨਾ ਲਾਈਏ ਸਿੱਕੀ ਦੀ ਨੀਂਹ ਉਸਰ ਲਈ ਹੈ ਇਹਨੂੰ ਟੁੱਟੀ ਇੱਟ ਨਹੀਂ ਲਾਉਣੀ ਬਾਬਾ ਫਤਿਹ ਸਿੰਘ ਨੂੰ ਇਹ ਨਹੀਂ ਪਤਾ ਹੋਣਾ ਕਿ ਇਹਨਾਂ ਨੇ ਇੱਟ ਇੱਟ ਕਰ ਦੇਣੀ ਉਸ ਕੰਧ ਦੀ ਸਿੱਖ ਨੌਜਵਾਨਾਂ ਨੇ ਸਿਰਫ ਮੌਜ ਦੀ ਜ਼ਿੰਦਗੀ ਕਿੰਨੇ ਕੁ ਦਿਨ ਮੌਜ ਕਰ ਲਓਗੇ ਗੁਰੂ ਤੋਂ ਬੇਮੁੱਖ ਹੋ ਕੇ ਜਿਉਣਾ ਕਾਹਦੀ ਜ਼ਿੰਦਗੀ ਹੈ ਸਤਸੰਗ ਉਹ ਤਾਂ ਗੁਰਦਿਆਂ ਵਾਲੀ ਜ਼ਿੰਦਗੀ ਸਾਡਾ ਇਤਿਹਾਸ ਇਹੋ ਜਿਹਾ ਹੋਵੇ ਅਤੇ ਸਾਡਾ ਜੀਵਨ ਕਿੱਥੇ ਹੈ ਜਿਹੜੇ ਸਿੰਘਾਂ ਨੇ ਸਿੱਖਾਂ ਦੇ ਪੁੱਤਰਾਂ ਨੇ ਬਾਣੀ ਪੜ੍ਹਨੀ ਸੀ ਬੰਦਗੀ ਕਰਨੀ ਸੀ ਉਹ ਅੱਜ ਨਸ਼ੇ 'ਚ ਬਰਬਾਦ ਹੋ ਰਹੇ ਨੇ ਪਤਾ ਨਹੀਂ ਕਿੰਨੇ ਕਹਿੰਦੇ ਘਰ ਉੱਜੜ ਗਏ ਕਈਆਂ ਦੇ ਘਰੋਂ ਦੀਵੇ ਬੁੱਝ ਗਏ ਅਜੇ ਵੀ ਕੁਛ ਨਹੀਂ ਵਿਗੜਿਆ ਹਰ ਪਿੰਡ 'ਚ ਨੌਜਵਾਨ ਸਭਾ ਬਣਾਓ ਕਿਸੇ ਸਰਕਾਰ ਨੇ ਕਿਸੇ ਪੰਚਾਇਤ ਨੇ ਤੁਹਾਡਾ ਘਰ ਨਹੀਂ ਬਚਾਉਣਾ ਬਚਾਉਣਾ ਤਾਂ ਤੁਸੀਂ ਖੁਦ ਆਪ ਬਚਾਉਣਾ ਹਰ ਪਿੰਡ 'ਚ ਨੌਜਵਾਨ ਸਭਾ ਬਣਾਓ ਜਿਹੜਾ ਪਿੰਡ 'ਚ ਲੈ ਕੇ ਆਉਂਦਾ ਹੈ ਉਹਦੀ ਪਹਿਲਾਂ ਆਪ ਸੇਵਾ ਕਰੋ ਫਿਰ ਕਾਨੂੰਨ ਦੇ ਅਧੀਨ ਉਹਨੂੰ ਸਜ਼ਾ ਦਵਾਓ ਬਚ ਸਕਦੇ ਹਾਂ ਜੇ ਬਚਣਾ ਚਾਹੁੰਦੇ ਹਾਂ ਜੇ ਸਰਕਾਰਾਂ ਦੇ ਆਸਤੇ ਬੈਠੋਗੇ ਤਾਂ ਕੁਝ ਸਾਨੂੰ ਬਰਬਾਦ ਕਰਨਾ ਚਾਹੁੰਦੀਆਂ ਉਹ ਤਾਂ ਚਾਹੁੰਦੀਆਂ ਅਜੇ ਕੁਛ ਨਹੀਂ ਵਿਗੜਿਆ ਅਜੇ ਵੀ ਆਪਾਂ ਨੂੰ ਜਾਗਣ ਦੀ ਲੋੜ ਹੈ ਸੌ ਬੇਨਤੀ ਕਰੀਏ ਛਾਤੀ ਤੱਕ ਕੰਧ ਆਈ ਦਮ ਘੁੱਟ ਗਏ ਦਿਲ ਪਾਟ ਗਿਆ ਕੰਧ ਆ ਕੰਧ ਗਿਰ ਗਈ ਫਿਰ ਸਾਹਿਬਜ਼ਾਦੇ ਨੂੰ ਹੋਸ਼ ਵਿੱਚ ਲਿਆਂਦਾ ਗਿਆ ਪੁੱਛਿਆ ਇਸਲਾਮ ਕਬੂਲ ਬਾਬਾ ਫਤਿਹ ਸਿੰਘ ਕਹਿੰਦਾ ਇੱਕ ਗੱਲ ਨੂੰ ਬਾਰ ਬਾਰ ਕਹਿਣਾ ਮੂਰਖਾਂ ਵਾਲੀ ਬਾਤ ਹੈ ਨਹੀਂ ਛੱਡ ਸਕਦੇ ਸਿੱਖੀ ਸਰੀਰ ਛੱਡ ਸਕਦੇ ਹਾਂ ਕੰਧ ਚਿੰਨੀ ਫਿਰ ਸ਼ੁਰੂ ਹੋ ਗਈ ਗਲ ਤੱਕ ਆਈ ਸਾਹ ਘੁੱਟ ਗਏ ਬੇਸੁਰਤ ਹੋ ਗਏ ਕੰਧ ਗਿਰ ਗਈ ਇੱਟਾਂ ਸਾਹਿਬਜ਼ਾਦਿਆਂ ਦੇ ਸਰੀਰ ਉੱਤੇ ਗਿਰੀਆਂ ਸਾਧ ਸਿੰਘ ਜੀ ਵਜ਼ੀਰ ਖਾਂ ਪੱਥਰ ਦਿਲ ਇਹ ਪਾਪ ਦੇਖ ਨਾ ਸਕਿਆ ਕਹਿੰਦਾ ਕੋਈ ਇਹਨਾਂ ਸਾਹਿਬਜ਼ਾਦਿਆਂ ਨੂੰ ਕਤਲ ਕਰੇ ਦੋ ਸਮਾਣੇ ਦੇ ਜਲਾਲ ਸਾਹਿਬਜ਼ਾਦਿਆਂ ਦੇ ਛਾਤੀ 'ਤੇ ਬਹਿ ਕੇ ਛੁਰਿਆਂ ਦੇ ਨਾਲ ਦੋਵਾਂ ਸਾਹਿਬਜ਼ਾਦਿਆਂ ਦੇ ਸਰੀਰ ਧਰ ਤੋਂ ਲਹਿਲਾ ਕਰ ਦਿੱਤੇ ਸਿਰ ਲਹਿਲਾ ਹੋਣ ਤੋਂ ਬਾਬਾ ਜ਼ੋਰਾਵਰ ਸਿੰਘ ਉਸੇ ਵੇਲੇ ਸੱਚਖੰਡ ਚਲੇ ਗਏ ਪਰ ਬਾਬਾ ਫਤਿਹ ਸਿੰਘ ਅੱਧੀ ਘੜੀ 12 ਮਿੰਟ ਉਹਨਾਂ ਦੇ ਦੋਵੇਂ ਪੈਰ ਹਿਲਦੇ ਗਏ ਆਪਾਂ ਤੜਪਣਾ ਕਹਿੰਦੇ ਹਾਂ 12 ਮਿੰਟ ਸਿਰ ਪਰਾਂ ਹੋ ਗਿਆ ਜਦੋਂ ਉਸ ਤੋਂ ਬਾਅਦ ਬਾਬਾ ਫਤਿਹ ਸਿੰਘ 12 ਮਿੰਟ ਦੋਵੇਂ ਪੈਰ ਉਹਨਾਂ ਦੇ ਹਿਲਦੇ ਰਹੇ ਸੋ ਸ਼ਾਮ ਪੈ ਗਈ ਸਰਹੰਦ ਵਿੱਚ ਕਿਸੇ ਜਾਗਣੀ ਵਾਲੀ ਲੋਕ ਕਹਿੰਦੇ ਸੀ ਧਰਤੀ ਪਾੜ ਜਾਏਗੀ ਗਰਕ ਜਾਏਗੀ ਹਨੇਰਾ ਹੋ ਗਿਆ ਮਾਤਾ ਜੀ ਬੁਰਜ ਵਿੱਚ ਡੀਗ ਰਹੇ ਨੇ ਕੱਲ੍ਹ ਦੋ ਦਿਨ ਤਾਂ ਸਾਹਿਬਜ਼ਾਦੇ ਮੁੜ ਆਏ ਸੀ ਅੱਜ ਨਹੀਂ ਆਏ ਮੋਤੀ ਮਹਿਰਾ ਦੁੱਧ ਲੈ ਕੇ ਆ ਗਿਆ ਮੋਤੀ ਲਾਲ ਨਹੀਂ ਆਏ ਕਚਹਿਰੀ ਵਿੱਚੋਂ ਚੁੱਪ ਕਰ ਗਿਆ ਫਿਰ ਮਾਤਾ ਨੇ ਪੁੱਛਿਆ ਉਤਾਵਲੀ ਜੀ ਹੋ ਕੇ ਮੋਤੀ ਦੱਸਿਆ ਨਹੀਂ ਮੋਤੀ ਨੇ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਪਰ ਉਹਦੀਆਂ ਭੁੱਬਾਂ ਨਿਕਲ ਗਈਆਂ ਰੋ ਰੋ ਕੇ ਮਾਤਾ ਨੂੰ ਦੱਸਦਾ ਮਾਂ ਅੱਜ ਲਾਲਾ ਨੇ ਤੇਰੇ ਕੋਲ ਨਹੀਂ ਆਉਣਾ ਉਹ ਆਪਣੇ ਦਾਦੇ ਕੋਲ ਚਲੇ ਗਏ ਸੋ ਸਾਧ ਸੰਗੀ ਮਾਤਾ ਨੇ ਦੁੱਧ ਨਹੀਂ ਛਕਿਆ ਮੋਤੀ ਜਿੱਥੇ ਲਾਲ ਚਲੇ ਗਏ ਅਸੀਂ ਵੀ ਉਹਨੂੰ ਉੱਥੇ ਜਾਣਾ ਚੌਂਕੜਾ ਮਾਰਿਆ
ਕੱਲ ਦੇ ਨਾਲ ਬੈਠ ਕੇ ਕੰਡ ਲਾ ਕੇ ਬੈਠੀ ਮਾਤਾ 26 ਸਾਲ ਜਿਹੜੀ ਭੋਰੇ ਦੇ ਅੱਗੇ ਬਹਿ ਕੇ ਬੰਦਗੀ ਕਰਦੀ ਰਹੀ ਸੀ ਉਹ ਛਾਲ ਨਹੀਂ ਮਾਰੇਗੀ ਗੁਰੂ ਤੋਂ ਨਾ ਚੱਕਰ ਮਾਰੇਗੀ ਦੇਖਣ ਵਾਲੇ ਨੇ ਗੱਲਾਂ ਦੇਖ ਛੱਡੀਆਂ ਮਾਤਾ ਨੇ ਖਿੱਚਿਆ ਪ੍ਰਾਣ ਦਸਵੇਂ ਦੁਆਰ ਚੋਂ ਕੱਢ ਕੇ ਸੱਚਖੰਡ ਚਲੇ ਗਏ ਸੋ ਉਹਨਾਂ ਦੇ ਸੰਸਕਾਰ ਵਾਸਤੇ ਭਾਈ ਟੋਡਰ ਮੱਲ 78,000 ਮੋਹਰ 7 ਕੁਇੰਟਲ 80 ਕਿਲੋ ਸੋਨਾ ਬਣਦਾ ਹੈ 4.5 ਫੁੱਟ ਬਾਈ 4.5 ਫੁੱਟ ਜਗ੍ਹਾ ਖਰੀਦ ਕੇ ਮਾਤਾ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਲਾ ਸਾਨੀ ਸ਼ਹਾਦਤ ਜੇ ਸ਼ਹਾਦਤ ਉਹਨਾਂ ਵਰਗੀ ਨਹੀਂ ਤੇ ਇਹ ਵੀ ਦੁਨੀਆਂ ਵਿੱਚ ਗੱਲ ਨਹੀਂ ਕਹਿੰਦੀ ਮਹਿੰਗੀ ਧਰਤੀ ਨਾ ਕਦੇ ਵਿਕੀ ਹੈ ਅਤੇ ਨਾ ਵਿਕੇਗੀ ਉਹਨਾਂ ਦਾ ਸ਼ਹੀਦੀ ਜੋੜ ਮੇਲਾ ਬਣਾਉਣ ਵਾਸਤੇ ਜਦ ਮਾਣਾ ਨਗਰ ਦੀ ਸੰਗਤ ਹਰ ਸਾਲ ਉਦਮ ਉਪਰਾਲਾ ਕਰਦੀ ਹੈ ਬਸ ਇਕੱਲਾ ਸੋਨੀ ਨਹੀਂ ਲੈਣਾ ਇਕੱਲਾ ਖੰਡ ਪਾਠ ਹੀ ਨਹੀਂ ਕਰਾ ਦੇਣਾ ਇਕੱਲੇ ਲੰਗਰ ਹੀ ਸੜਕਾਂ 'ਤੇ ਨਹੀਂ ਲਾ ਦੇਣੇ ਉਹਨਾਂ ਸੂਦਾਂ ਨੂੰ ਧਾਰਨ ਕਰਨਾ ਹੀ ਅਸਲ ਸ਼ਹੀਦੀ ਜੋੜ ਮੇਲਾ ਮਨਾਉਣਾ ਹੈ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲੀ ਆਖਰ ਤਾਂ ਇੱਕ ਦਿਨ ਧਰਤੀ ਦੁਨੀਆਂ ਨੂੰ ਛੱਡ ਕੇ ਜਾਣਾ ਹੀ ਹੈ ਕਿਉਂ ਨਾ ਫਿਰ ਉਹਨਾਂ ਦੇ ਹੁਕਮ 'ਤੇ ਚੱਲੀ ਜਿਨ੍ਹਾਂ ਨੇ ਸਾਰਾ ਕੁਛ ਸਾਡੇ ਵਾਸਤੇ ਕੁਰਬਾਨ ਕਰਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਖੰਡੇ ਵੱਟ ਦਾ ਅੰਮ੍ਰਿਤ ਛਕੀਏ ਹੋਰਾਂ ਨੂੰ ਛਕਾਈਏ ਕਲਗੀਧਰ ਪਾਤਸ਼ਾਹ ਦੇ ਪੁੱਤਰ ਖਵਾਈਏ ਜਿਨ੍ਹਾਂ ਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਆਖਿਆ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ ਲੋਕ ਸੁਖੀਏ ਔਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪ ਕਰੀਏ ਹੋਈਆਂ ਪੁੱਤਾਂ ਦੀ ਖਿਮਾ ਅੱਜ ਪੰਜਵਾਂ ਦੀਵਾਨ ਹੁਕਮਨਾਮਾ ਸਾਹਿਬ ਤੋਂ ਬਾਅਦ ਸਮਾਪਤ ਹੋ ਜਾਏਗਾ ਕੱਲ੍ਹ ਦਾ ਦੀਵਾਨ ਭਰੋ ਨਗਰ ਹੈ ਪਰਸੋਂ ਨੂੰ ਫਿਰ ਸੱਜੂਪੁਰ ਭੇਵੇ ਦੇ ਕੋਲ ਉੱਥੇ ਦਿਨ ਦੇ ਦੀਵਾਨ ਸ਼ੁਰੂ ਹੋ ਜਾਣਗੇ ਉੱਥੇ 18, 19, 20, 21 ਦਿਨ ਦੇ ਦੀਵਾਨ ਹੈ 21 ਤਰੀਕ ਨੂੰ ਮਿਸਤਰੀ ਫਾਰਮ ਭੇਵੇ ਦੇ ਇਧਰਲੇ ਪਾਸੇ ਉੱਥੇ 4 ਦੀਵਾਨ ਨੇ ਰਾਤ ਦੇ 6 ਤੋਂ 9 ਵਜੇ ਤੱਕ ਉਸ ਤੋਂ ਅੱਗੇ ਫਿਰ ਜਿੱਥੇ ਜਿੱਥੇ ਸਮਾਂ ਕੜਾਮ ਨੇੜੇ ਹੈ ਕੜਾਮ ਤੁਹਾਡੇ ਉੱਥੇ 26, 27 ਤੇ 28 ਦੇ ਦੀਵਾਨ ਨੇ ਉਹ ਦਿਨ ਦਾ ਟਾਈਮ ਹੈ ਫਿਰ ਸਤਸੰਗ ਜੀ 1 ਤਰੀਕ ਤੋਂ ਉੱਧਰ ਹਰਿਦੁਆਰ ਦੇ ਕੋਲ ਇੱਥੇ ਦੀਵਾਨ ਨੇ ਫਿਰ 9 ਤਰੀਕ ਤੋਂ ਮਲਕਪੁਰ 9, 10, 11, 12 ਫਿਰ 13 ਤੋਂ ਬੈਲੋਰਪੁਰ ਇਹ ਦਿਨ ਦੇ ਦੀਵਾਨ ਨੇ ਅੱਗੇ ਫਿਰ ਸਾਰੇ ਸਾਲ ਦੇ ਦੀਵਾਨ ਸੋਸ਼ਲ ਮੀਡੀਆ ਵਿੱਚ ਇੰਟਰਨੈਟ 'ਤੇ ਦੱਸੇ ਜਾਂਦੇ ਵੀ ਸਾਰੇ ਮਹੀਨੇ ਦੇ ਦੀਵਾਨ ਕਿੱਥੇ ਹੈ ਸੋ ਗੁਰੂ ਨਾਨਕ ਦੇ ਘਰ ਦੇ ਮਿਸ਼ਨ ਦਾ ਪ੍ਰਚਾਰ ਕਰਨਾ ਨਿਰਪੱਖ ਅਤੇ ਨਿਰੋਲ ਕੋਈ ਸਟੇਜ 'ਤੇ ਅਪੀਲ ਨਹੀਂ ਕਰਨੀ ਇੱਕ ਅਪੀਲ ਕਰਨੀ ਹੈ ਸਾਡੇ ਵੱਡਿਆਂ ਦਾ ਹੁਕਮ ਹੈ ਕਿ ਵੱਧ ਤੋਂ ਵੱਧ ਸੰਗਤ ਅਮਰ ਛਕੋ ਗੁਰੂ ਵਾਲੇ ਬਣੋ ਆਪਣੇ ਜਨ ਨੂੰ ਸਫਲਾ ਕਰੋ ਧੰਨਵਾਦ ਪ੍ਰਬੰਧਕਾਂ ਦਾ ਸੰਤ ਬਾਬਾ ਸੁੱਖਾ ਸਿੰਘ ਜੀ ਕਾਰਜ ਵਾਲੇ ਮਹਾਂਪੁਰਸ਼ਾਂ ਦਾ ਧੰਨਵਾਦ ਸਾਰੀ ਸੰਗਤ ਦਾ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਦੀ ਛਤਰ ਛਾਇਆ ਹੇਠ ਆਪਾਂ ਇਹ ਘੜੀਆਂ ਦਾ ਆਨੰਦ ਮਾਣਿਆ ਰਾਮ ਕਲੀ ਮਹਲਾ ਤੀਜਾ ਨੰਦ ਕੋ ਅਹੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ Thank you.
जन्म पिता लोक सोत बने।